ਸਤਿ ਸ਼੍ਰੀ ਅਕਾਲ ਜੀ ਜਸ ਪੰਜਾਬੀ ਤੇ ਪੰਜਾਬ ਬੋਲ ਦਾ ਵਿਖਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਕੁਲਵਿੰਦਰ ਸਿੰਘ ਤੇ ਪੰਜਾਬ ਬੋਲ ਦਾ ਦੇ ਵਿੱਚ ਅੱਜ ਗੱਲ ਕਰਾਂਗੇ ਨਾਗਰਿਕਤਾ ਸੋਧ ਕਾਨੂੰਨ ਦੀ ਇਸ ਕਾਨੂੰਨ ਨੂੰ ਲੈ ਕੇ ਜਿੱਥੇ ਦੇਸ਼ ਭਰ ਦੇ ਵਿੱਚ ਬਵਾਲ ਮਚਿਆ ਹੋਇਆ ਏ ਉੱਥੇ ਹੀ ਇਸ ਨੂੰ ਲੈ ਕੇ ਵੱਖ-ਵੱਖ ਪਟੀਸ਼ਨਾਂ ਸੁਪਰੀਮ ਕੋਰਟ ਦੇ ਵਿੱਚ ਦਾਖਲ ਕੀਤੀਆਂ ਗਈਆਂ ਸੀ ਸੁਪਰੀਮ ਕੋਰਟ ਨੇ ਹੁਣ ਤੱਕ ਇਸ ਮਾਮਲੇ ਦੇ ਵਿੱਚ ਕੀ ਆਏ ਕਿ ਇੱਕ ਤਰਫਾ ਸੁਣਵਾਈ ਨਹੀਂ ਹੋ ਸਕਦੀ ਅੰਦਾਜ਼ੇ ਕਿ 140 ਤੋਂ ਵਧੇਰੇ ਪਟੀਸ਼ਨਾਂ ਜਿਹੜੀਆਂ ਅਸੀਂ ਕੋਰਟ 'ਚ ਦਾਖਲ ਕੀਤੀਆਂ ਗਈਆਂ ਸੀ ਕੋਰਟ ਨੇ ਇਸ ਮਾਮਲੇ ਦੇ ਵਿੱਚ ਹੁਣ ਕੇਂਦਰ ਕੋਲੋਂ 4 ਹਫ਼ਤਿਆਂ ਦਾ ਸਮਾਂ ਮੰਗਿਆ ਹੈ ਤੇ ਇਸ ਤੋਂ ਇ ਜਿਹੜਾ ਇਸ ਮਸਲੇ ਨੂੰ ਲੈ ਕੇ ਜਿਹੜਾ ਇੱਕ ਵੱਡਾ ਘਟਨਾਕ੍ਰਮ ਬੀਤਿਆ ਨਹੀਂ ਵਾਪਰਿਆ ਜਦੋਂ ਦਿੱਲੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਸ਼੍ਰੋਮਣੀ ਅਕਾਲੀ ਦਲ ਦਾ ਇਹ ਕਹਿਣਾ ਸੀ ਕਿ ਨਾਗਰਿਕਤਾ ਸੋਧ ਕਾਨੂੰਨ ਦੇ ਉੱਤੇ ਉਹਨਾਂ ਦਾ ਸਟੈਂਡ ਸਪੱਸ਼ਟ ਹੈ ਉਹਨਾਂ ਦਾ ਕਹਿਣਾ ਸੀ ਕਿ ਮੁਸਲਮਾਨ ਭਾਈਚਾਰੇ ਨੂੰ ਇਸ ਦੇ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਪਰ ਭਾਜਪਾ ਇਸ ਨੂੰ ਲੈ ਕੇ ਉਹਨਾਂ ਤੇ ਦਬਾਅ ਬਣਾ ਰਹੀ ਸੀ ਸਟੈਂਡ ਬਦਲਣ ਨੂੰ ਲੈ ਕੇ ਪਰ ਉਹਨਾਂ ਨੇ ਆਪਣਾ ਸਟੈਂਡ ਨਹੀਂ ਬਦਲਿਆ ਪਰ ਗੱਟ ਜੋੜ ਦੇ ਵਿੱਚੋਂ ਬਾਹਰ ਹੋ ਕੇ ਚੋਣਾਂ ਨਾ ਲੜਨ ਦਾ ਫੈਸਲਾ ਕੀਤਾ ਸਾਡੇ ਨਾਲ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਬਰਾਂਲੇ ਚਰ ਆ ਜਸਪ੍ਰੀਤ ਜੀ ਜੀ ਧੰਨਵਾਦ ਜੀ ਡਾਕਟਰ ਸਾਹਿਬ ਸਭ ਤੋਂ ਪਹਿਲਾ ਸਵਾਲ ਹੈ ਕਿ ਅਕਾਲੀ ਦਲ ਦਾ ਸੀਏ ਦੇ ਉੱਤੇ ਸਟੈਂਡ ਕੀ ਹੈ ਤੁਸੀਂ ਇਹਦੇ ਹੱਕ ਵਿੱਚ ਹੋ ਜਾਂ ਇਹਦੇ ਵਿਰੋਧ ਵਿੱਚ ਹੋ ਦੇਖੋ ਇੱਕ ਬੇਨਤੀ ਕਰ ਦਿਆ ਮੈਂ ਤੁਹਾਨੂੰ ਮੀਡੀਆ ਨੂੰ ਵੀ ਬੇਨਤੀ ਕਰੂੰਗਾ ਕਿ ਇਹਨੂੰ ਸਪਸ਼ਟ ਕਰਨ ਦੀ ਲੋੜ ਹੈ ਸੀਏਏ ਦੇ ਅਸੀਂ ਹੱਕ 'ਚ ਕਿਉਂ ਸੀ ਕਿਉਂਕਿ ਪਿਛਲੇ 25 ਸਾਲ ਤੋਂ ਅਸੀਂ ਲੜ ਰਹੇ ਸੀਗੇ ਜਿਹੜੇ ਹਿੰਦੂ ਸਿੱਖ ਸਾਡੇ ਉਹਨਾਂ 3-4 ਮੁਲਕਾਂ ਦੇ ਵਿੱਚੋਂ ਜਿੱਥੋਂ ਘਟਕਿੰਤੀ ਇਜਰਤ ਕਰਕੇ ਇੱਥੇ ਆਏ ਸੀ ਔਰ ਉਹਨਾਂ ਨੂੰ ਜਿਹੜੀ ਨਾਗਰਿਕਤਾ ਨਹੀਂ ਸੀ ਮਿਲ ਰਹੀ ਅਸੀਂ ਪਿਛਲੇ ਬਾਜਪਾਈ ਸਾਹਿਬ ਤੋਂ ਲਾ ਕੇ ਡਾਕਟਰ ਮਨਮੋਹਨ ਸਿੰਘ ਤੋਂ ਲਾ ਕੇ ਮੋਦੀ ਸਾਹਿਬ ਤੋਂ ਲਾ ਕੇ ਸਾਰਿਆਂ ਦੇ ਵਿੱਚ ਆਪਦੀ ਜਦੋਜਹਿਦ ਕੀਤੀ ਕਿ ਇਹਨਾਂ ਨੂੰ ਨਾਗਰਿਕਤਾ ਜਿਹੜੀ ਹੈ ਦੇਣੀ ਚਾਹੀਦੀ ਹੈ ਇਸ ਕਰਕੇ ਅਸੀਂ ਇਹਦੇ ਹੱਕ 'ਚ ਸੀ ਪਰ ਇਸ ਗੱਲ ਦੇ ਨਾਲ-ਨਾਲ ਅਸੀਂ ਜਿਸ ਦਿਨ ਬਿੱਲ ਲੋਕ ਸਭਾ 'ਚ ਵੀ ਪੇਸ਼ ਹੋਇਆ ਉੱਥੇ ਵੀ ਸਾਡੇ ਸਤਸੁਖਬੀਰ ਸਿੰਘ ਬਾਦਲ ਸਾਹਿਬ ਨੇ ਖੜ ਕੇ ਕਿਹਾ ਸੀ ਕਿ ਨਾ ਤਾਂ ਸਾਡੇ ਦੇਸ਼ ਦਾ ਇਹ ਸੰਵਿਧਾਨ ਕਹਿੰਦਾ ਤੇ ਨਾ ਸਾਡੇ ਗੁਰੂ ਸਾਹਿਬਾਨਾਂ ਨੇ ਇਸ ਦਾ ਸਾਨੂੰ ਸਿੱਖਿਆ ਦਿੱਤੀ ਹੈ ਇਸ ਕਿਸਮ ਦੀ ਕਿ ਕਿਸੇ ਨੂੰ ਜਾਤ ਜਾਂ ਧਰਮ ਦੇ ਆਧਾਰ ਤੇ ਵੰਡ ਦੋ ਵੀ ਇਹਦਾ ਅਸੀਂ ਸਵਾਗਤ ਕਰਦੇ ਆ ਕਿ ਇਹ ਅਸੀਂ 25 ਸਾਲ ਦੀ ਜਿਹੜੀ ਲੜਾਈ ਸਿੱਖਾਂ ਦੀ ਹਿੰਦੂਆਂ ਦੀ ਤੇ ਬਾਕੀਆਂ ਦੀ ਲੜ ਰਹੇ ਸੀਗੇ ਇਹਦਾ ਅਸੀਂ ਸਵਾਗਤ ਕਰਦੇ ਆ ਪਰ ਕਿਰਪਾ ਕਰਕੇ ਇਹਨੂੰ ਕਾਨੂੰਨ ਨੂੰ ਕਿਸੇ ਜਾਤ ਧਰਮ ਤੇ ਬਰਾਦਰੀ ਦੇ ਆਧਾਰ ਤੇ ਨਹੀਂ ਬਣਨਾ ਚਾਹੀਦਾ ਸਭ ਲਈ ਬਣਨਾ ਚਾਹੀਦਾ ਤੇ ਮੁਸਲਮਾਨ ਬਰਾਦਰੀ ਨੂੰ ਵੀ ਐਡ ਕਰਨਾ ਚਾਹੀਦਾ ਉਹਨਾਂ ਨੇ ਸਾਡੀ ਗੱਲ ਨਹੀਂ ਮੰਨੀ ਅਸੀਂ ਆਪਦਾ ਉੱਥੇ ਵੀ ਵਿਰੋਧ ਜਤਾਇਆ ਮੰਗ ਰੱਖੀ ਇੱਕ ਕਿਸਮ ਦਾ ਜਦੋਂ ਤੁਸੀਂ ਸਾਹਮਣੇ ਮੰਗ ਰੱਖ ਸਕਦੇ ਹੋ ਨਹੀਂ ਤਾਂ ਉੱਥੇ ਐਮਪੀ ਦੋਨੋਂ ਦੇ ਵੀ ਪੂਰੇ ਹੀ ਹੈਗੇ ਫਿਰ ਰਾਜ ਸਭਾ ਦੇ ਵਿੱਚ ਗੱਲ ਗਈ ਅਸੀਂ ਉੱਥੇ ਵੀ ਇਹੀ ਗੱਲ ਦੁਹਰਾਈ ਜੇ ਵਿਧਾਨ ਸਭਾ ਪੰਜਾਬ ਦੇ ਵਿੱਚ ਕਾਂਗਰਸ ਨੇ ਮਤਾ ਲਿਆਂਦਾ ਕਿ ਅਸੀਂ ਉਸ ਕਾਨੂੰਨ ਨੂੰ ਰੱਦ ਕਰਦੇ ਹਾਂ ਅਸੀਂ ਕਾਂਗਰਸ ਕਮੇਟੀ ਨੂੰ ਇੱਕ ਕਮੈਂਡਮੈਂਟ ਦਿੱਤੀ ਕਿ ਤੁਸੀਂ ਰੱਦ ਕਰਨ ਨਾ ਕਹੋ ਜਿਹਨੂੰ ਹੱਕ ਮਿਲ ਗਿਆ ਉਹਨਾਂ ਦਾ ਹੱਕ ਕਿਉਂ ਮਾਰ ਦਿਓ ਜਿਹਨੂੰ ਨਹੀਂ ਹੱਕ ਮਿਲਿਆ ਉਹਨੂੰ ਐਡ ਕਰਨ ਲਈ ਅਸੀਂ ਸਾਡੀ ਐਮੈਂਡਮੈਂਟ ਲੈ ਲਓ ਤੇ ਆਪਾਂ ਉਹਨੂੰ ਪਾਸ ਕਰਦੇ ਹੋ ਸ਼ਰਮ ਸੰਪਤੀ ਦੇ ਨਾਲ ਕਾਂਗਰਸ ਪਾਰਟੀ ਨੇ ਉਹ ਸਾਡੀ ਜਿਹੜੀ ਐਡ ਕਰਨ ਵਾਲੀ ਗੱਲ ਸੀ ਕਿ ਮੁਸਲਮਾਨ ਭਾਈਚਾਰੇ ਨੂੰ ਐਡ ਕਰਨ ਵਾਲੀ ਗੱਲ ਹੈ ਉਹ ਉਹ ਸਕੂ ਦੀ ਰਿਜੈਕਟ ਕਰਤੀ ਤੇ ਟੋਟਲ ਬੈਲੀ ਰਿਜੈਕਟ ਕਰਤਾ ਇਹਦਾ ਮਤਲਬ ਜਿਹੜੇ ਹਿੰਦੂ ਸਿੱਖਾਂ ਦੇ ਫੇਵਰ ਚ ਗੱਲ ਹੋਈ ਹੈ ਉਹ ਉਹਨਾਂ ਦੇ ਖਿਲਾਫ ਹੀ ਕਾਂਗਰਸ ਨੇ ਭੁਗਤਾਤਾ ਇਸ ਕਰਕੇ ਸਾਡਾ ਸਟੈਂਡ ਬੜਾ ਕਲੀਅਰ ਹੈਗਾ ਕਿ ਸਾਡੇ ਦੇਸ਼ ਦਾ ਸੰਵਿਧਾਨ ਇਹ ਕਹਿੰਦਾ ਕਿ ਕੋਈ ਵੀ ਕਾਨੂੰਨ ਕੋਈ ਵੀ ਬਿਲ ਕੋਈ ਵੀ ਐਕਟ ਇਹ ਜਾਤਾਂ ਧਰਮਾਂ ਤੇ ਬਰਾਦਰੀਆਂ ਦੇ ਆਧਾਰ ਤੇ ਨਹੀਂ ਬਣਨਾ ਚਾਹੀਦਾ ਤੇ ਉਸੇ ਦੀ ਐਕਸਪ੍ਰੈਸ ਸਰਬ ਇੱਕ ਸਵਾਲ ਇਹ ਹੈ ਫਿਰ ਹੁਣ ਇੱਥੇ ਗੱਲ ਇਹ ਸੀ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਇਹ ਕਾਨੂੰਨ ਹੈ ਇਹ ਧਰਮ ਦੇ ਆਧਾਰ ਤੇ ਵਿਤਕਰਾ ਕਰਦਾ ਹੈ ਜਾਂ ਨਹੀਂ ਕਰਦਾ ਇੱਕ ਸਿੰਪਲ ਜਿਹਾ ਸਵਾਲ ਹੈ ਕਰਦਾ ਹੈ ਜਾਂ ਨਹੀਂ ਕਰਦਾ ਦੇਖੋ ਇਹਦੇ ਵਿੱਚ ਕੋਈ ਦੋਰੀ ਨਹੀਂ ਕਰ ਰਿਹਾ ਪਰ ਦੋਨੋਂ ਗੱਲਾਂ ਹੈਗੀਆਂ ਇੱਥੇ ਇੱਕ ਗੱਲ ਦਾ ਬੜਾ ਵੱਡਾ ਹੈਗਾ ਕਿ ਜਿੰਨਾ ਲੋਕਾਂ ਨੂੰ ਦੀਪ ਅਸੀਂ ਲੜਾਈ ਲੜ ਰਹੇ ਸੀ ਫਾਇਦਾ ਕਰ ਲਈ ਉਹਨਾਂ ਦੇ ਫੇਵਰ ਚ ਗਿਆ ਇੱਕ ਗੱਲ ਪਰ ਇਹ ਜਿਹੜੀ ਹੈਗੀ ਹੈ ਜੇ ਤੁਸੀਂ ਕਿਸੇ ਜਾਤ ਬਰਾਦਰੀ ਦੇ ਆਧਾਰ ਤੇ ਕਿਸੇ ਨੂੰ ਬਾਹਰ ਰੱਖੋਗੇ ਤੇ ਕੁਦਰਤੀ ਗੱਲ ਆ ਪਰਸ਼ਾਟੀ ਤਾਂ ਸਾਹਮਣੇ ਆ ਹੀ ਰਹੀ ਹੈ ਇਸ ਕਰਕੇ ਇਹ ਇਹ ਗੱਲ ਅਸੀਂ ਇਹੀ ਤਾਂ ਜ਼ੋਰ ਪਾਉਂਦੇ ਸੀ ਕਿ ਕਿਸੇ ਧਰਮ ਜਾਤ ਦਾ ਨਾ ਹੋਣਾ ਹੀ ਨਹੀਂ ਚਾਹੀਦਾ 11 ਸਾਲ ਤੋਂ ਘਟਾ ਕੇ 6 ਸਾਲ ਕਰਨਾ ਸਭ ਲਈ ਕਰ ਦਿਓ ਤੁਸੀਂ ਕੇਸ ਕਨਸਿਡਰ ਕਰਨ ਵੇਲੇ ਦੇਖਣਾ ਕਿ ਇਹ ਵਾਜਬ ਹੈ ਕਿ ਨਹੀਂ ਵਾਜਬ ਜੇ ਤੁਹਾਨੂੰ ਲੱਗਦਾ ਕਿ ਧੱਕੇ ਨਾਲ ਕੋਈ ਵੜਿਆ ਸਾਡੇ ਦੇਸ਼ ਦੇ ਵਿੱਚ ਇਹ ਤੰਗ ਨਹੀਂ ਕੀਤਾ ਇਹ ਤਾਂ ਵੈਸੇ ਦੇਸ਼ ਦੀ ਸ਼ਰਮ ਲੈਣੀ ਚਾਹੁੰਦਾ ਉਹਨੂੰ ਉਸ ਤਰੀਕੇ ਨਾਲ ਡੀਲ ਕਰ ਲਓ ਇੱਕ ਜੇ ਕੁਝ ਤੁਹਾਨੂੰ ਘਟ ਗਿਣਤੀਆਂ ਕਰਕੇ ਉੱਥੇ ਮੰਨ ਲਓ ਅਤ ਚਾਰ ਦੇ ਕਰਕੇ ਆਇਆ ਤੇ ਉਹਨੂੰ ਉਸ ਤਰੀਕੇ ਨਾਲ ਡੀਲ ਕਰ ਲੋ ਇਹ ਤਾਂ ਡੀਲ ਤਾਂ ਸਾਡੇ ਦੇਸ਼ ਦੇ ਲੋਕਾਂ ਨੇ ਇੱਥੇ ਸਵਾਲ ਇਹ ਕੀ ਉੱਠਿਆ ਨਾ ਕਿ ਤੁਸੀਂ ਜਦੋਂ ਇਹ ਕਹਿ ਰਹੇ ਹੋ ਕਿ ਉਹਦੇ ਵਿੱਚ ਵਿਤਕਰਾ ਹੋ ਰਿਹਾ ਹੈ ਤਾਂ ਫਿਰ ਤੁਸੀਂ ਲੋਕ ਸਭਾ ਦੇ ਵਿੱਚ ਉਹਦਾ ਸਮਰਥਨ ਕਰ ਰਹੇ ਹੋ ਇੱਥੇ ਜਦੋਂ ਮਤਾ ਪੈਂਦਾ ਉਹਦਾ ਤੁਸੀਂ ਵਿਰੋਧ ਕਰ ਰਹੇ ਹੋ ਜਦੋਂ ਤੁਹਾਨੂੰ ਇਹ ਗੱਲ ਕਲੀਅਰ ਹੈ ਕਿ ਉਹ ਵਿਤਕਰਾ ਕਰਨ ਵਾਲਾ ਹੈ ਧਰਮ ਦੇ ਆਧਾਰ ਤੇ ਉੱਤੇ ਇਹ ਤਾਂ ਤੁਸੀਂ ਕਿਸੇ ਵੀ ਆਧਾਰ ਦੇ ਉੱਤੇ ਉਸ ਕਾਨੂੰਨ ਦਾ ਸਮਰਥਨ ਕਿਵੇਂ ਕਰ ਸਕਦੇ ਹੋ ਤੁਹਾਨੂੰ ਵਿਰੋਧ ਕਰਨਾ ਚਾਹੀਦਾ ਸੀ ਖੁੱਲਕੇ ਦੇਖੋ ਜੇ ਅਸੀਂ ਜਮਾ ਸਿੱਧੇ ਤੌਰ ਤੇ ਵਿਰੋਧ ਕਰਦੇ ਸੀ ਤਾਂ ਫਿਰ ਜਿਹੜੇ ਸਾਡੇ ਸਿੱਖ ਹਿੰਦੂ ਤੇ ਜਿਹੜੇ ਬਾਕੀ ਧਰਮਾਂ ਮਤਲਬ ਇਹ ਹੈ ਨਾ ਵੀ ਜੀ ਦੀ ਲੜਾਈ 25 ਸਾਲ ਤੋਂ ਅਸੀਂ ਲੜ ਰਹੇ ਹਾਂ ਉਹਨਾਂ ਦੀਆਂ ਅਰਜ਼ੀਆਂ ਲੈ ਕੇ ਸਭ ਤੋਂ ਪਹਿਲਾਂ ਅਸੀਂ ਘੁੰਮ ਰਹੇ ਹਾਂ ਕੋਈ ਹੋਰ ਨਹੀਂ ਤੁਰਿਆਗਾ ਅੱਜ ਕੋਈ ਕਲੇਮ ਕਰੀ ਜਾਵੇ ਤੇ ਜੇ ਉਹਨਾਂ ਦੀ ਲੜਾਈ ਲੜਦੇ ਲੜਦੇ ਅਸੀਂ ਅੱਜ ਹੀ ਆਪ ਹੀ ਵਿਰੋਧ ਕਰ ਦਿੰਦੇ ਇਸ ਕਰਕੇ ਜਿਹੜੀ ਗੱਲ ਦਾ ਵਿਰੋਧ ਕਰਨ ਵਾਲਾ ਸੀ ਉਹ ਠੋਕ ਵਜਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਦੇ ਗ੍ਰਹਿ ਮੰਤਰੀ ਤੇ ਸਾਰੀ ਲੋਕ ਸਭਾ ਦੇ ਸਾਹਮਣੇ ਕੀਤਾ ਕੋਈ ਲੁਕ ਛਪ ਕੇ ਨਹੀਂ ਵੀ ਕਿਤੇ ਬਾਹਰ ਨਿਕਲ ਕੇ ਇਕੱਲੇ ਟੀਵੀ ਤੇ ਬਾਈਟ ਦੇਤੀ ਵਿਧਾਨ ਲੋਕ ਸਭਾ ਦੀ ਕਾਰਵਾਈ ਦੇ ਵਿੱਚ ਰਜਿਸਟਰਡ ਹੈ ਰਾਜ ਸਭਾ ਦੀ ਕਾਰਵਾਈ ਦੇ ਵਿੱਚ ਰਜਿਸਟਰਡ ਹੈ ਵਿਧਾਨ ਸਭਾ ਦੀ ਕਾਰਵਾਈ ਦੇ ਵਿੱਚ ਰਜਿਸਟਰਡ ਆ ਸੀ ਇਨਵਰਟਡ ਕਾਮਿਆਂ ਦੇ ਵਿੱਚ ਜੋ ਅਮੈਂਡਮੈਂਟ ਚਾਹੁੰਦੇ ਸੀ ਉਹ ਵਿਧਾਨ ਸਭਾ ਪੰਜਾਬ ਚ ਵੀ ਦਿੱਤੀ ਹੈ ਇਸ ਕਰਕੇ ਜੇ ਅਸੀਂ ਸਿੱਧੇ ਤੌਰ ਤੇ ਵਿਰੋਧ ਕਰਦੇ ਸੀ ਤਾਂ ਜਿਹੜਾ 25 ਸਾਲ ਤੋਂ ਸਾਡਾ ਸਟੈਂਡ ਸੀ ਉਹ ਵੀ ਡਿੱਗਦਾ ਸੀ ਡਾਕਟਰ ਸਾਹਿਬ ਤੁਸੀਂ ਵਾਰ-ਵਾਰ ਗੁਰੂ ਸਾਹਿਬਾਨ ਦਾ ਤੁਹਾਡੇ ਵੱਲੋਂ ਜ਼ਿਕਰ ਹੁੰਦਾ ਹੈ ਕਿ ਗੁਰੂ ਸਾਹਿਬਾਨਾਂ ਨੇ ਬਰਾਬਰਤਾ ਦੇ ਸਿਧਾਂਤ ਦੀ ਸਾਨੂੰ ਗੱਲ ਕਹੀ ਹੈ ਕਿ ਮਾਨਸ ਕੀ ਜਾਤ ਸਭੇ ਇੱਕੀ ਪਹਿਚਾਨ ਵੋ ਪਰ ਜਦੋਂ ਤੁਸੀਂ ਇਹ ਗੱਲ ਕਰਦੇ ਹੋ ਕਿ ਦੂਜਿਆਂ ਦਾ ਹੱਕ ਮਾਰਿਆ ਜਾਣਾ ਚਾਹੀਦਾ ਸੀ ਤਾਂ ਉੱਥੇ ਸਵਾਲੇ ਬਣਦਾ ਹੈ ਕਿ ਜਦੋਂ ਕੀ ਤੁਸੀਂ ਕਿਸੇ ਦੂਜੇ ਦੇ ਹੱਕ ਦੇ ਆਧਾਰ ਦੇ ਉੱਤੇ ਤੁਸੀਂ ਕਿਸੇ ਹੋਰ ਦਾ ਹੱਕ ਬਚਾਉਣ ਦੀ ਕੋਸ਼ਿਸ਼ ਕਰੋਗੇ ਜਿਵੇਂ ਮੁਸ ਉਹਨਾਂ ਨੂੰ ਬਚਾ ਕਰਦੇ ਨਾ ਕਿ ਤੁਸੀਂ ਮੁਸਲਮਾਨਾਂ ਦੇ ਨਾਲ ਵੀ ਖੜੇ ਹੁੰਦੇ ਦੇਖੋ ਇੱਥੇ ਥੋੜਾ ਜਿਹਾ ਫਰਕ ਹੈਗਾ ਕਿਉਂਕਿ ਇਹ ਜਿਹੜੀਆਂ ਧਰਮ ਜਾਤਾਂ ਬਰਾਦਰੀਆਂ ਦਾ 11 ਸਾਲ ਤੋਂ ਘਟਾ ਕੇ 6 ਸਾਲ ਕਰਤਾ ਉਹ ਉੱਥੇ ਕਟ ਗਿਣਤੀ 'ਚ ਨਹੀਂ ਤੇ ਉਹਨਾਂ ਤੇ ਅਤਿਆਚਾਰ ਹੋ ਰਹੇ ਸੀ ਜਿਹੜੇ ਬਾਕੀ ਦੇ ਜਿਹੜੇ ਹੈਗੇ ਆ ਜਿਵੇਂ ਮੁਸਲਮਾਨ ਬਰਾਦਰੀ ਦਾ ਜੇ ਕੋਈ ਉੱਥੋਂ ਬੰਦਾ ਆਇਆ ਹੈ ਤੇ ਜਿਹਨੂੰ ਕੋਈ ਮੰਨ ਲਓ 11 ਸਾਲ ਦੀ ਉਹਦੇ ਕੋਲੇ ਅੱਜ ਵੀ ਅਵੇਲ ਕਰ ਸਕਦਾ ਬਿਲਕੁਲ ਹਾਕੂ ਦਾ ਵੀ ਨਹੀਂ ਮਾਰਿਆ ਗਿਆ ਵੀ ਉਹ ਪਿਛਲਾ ਕਾਨੂੰਨ ਖਤਮ ਹੋ ਗਿਆ 11 ਸਾਲ ਵਾਲਾ ਅੱਜ ਵੀ ਵੇਲ ਕਰ ਸਕਦਾ ਤੇ ਉਹਨੂੰ ਸਿਰਫ ਇਹ ਹੈਗਾ ਕਿ ਦੂਜਿਆਂ ਨੂੰ 6 ਸਾਲ ਦਾ ਕਰਤਾ ਇਸੇ ਕਰਕੇ ਦੇਖੋ ਅਸੀਂ ਜਿਹੜੇ ਜਿਨ੍ਹਾਂ ਦੀ ਲੜਾਈ ਲੜ ਰਹੇ ਸੀ ਉਹ ਉਹਨਾਂ ਤੋਂ ਪਿੱਛੇ ਨਹੀਂ ਸੀ ਛੱਟ ਸਕਦੇ ਇੱਕ ਵਾਰੀ ਬਿੱਲ ਖਟਾਈ 'ਚ ਪੈ ਸਕਦਾ ਕਈ ਵਾਰੀ 15-15 ਸਾਲ ਇਹ ਬਿੱਲ ਪਹਿਲਾਂ ਦੋ ਵਾਰੀ ਆ ਚੁੱਕਿਆ ਹੈ ਸਟੈਂਡਿੰਗ ਕਮੇਟੀ ਨੂੰ ਚਲਾ ਜਾਂਦਾ ਜਦੋਂ ਸਟੈਂਡਿੰਗ ਕਮੇਟੀ ਨੂੰ ਚਲਾ ਜਾਵੇ ਤਿੰਨ ਚਾਰ ਸਾਲ ਲਟਕ ਜਾਂਦਾ ਇਸ ਕਰਕੇ ਅਸੀਂ ਉੱਥੇ ਵੀ ਕਿਹਾ ਸੀ ਕਿ ਇਹਦੇ 'ਚ ਇੰਨੀ ਕਿਸ਼ੋਦ ਕਰ ਲੋ ਨਹੀਂ ਮੰਨੀ ਗਈ ਅਸੀਂ ਜਿੱਥੇ ਵੀ ਆਵਾਜ਼ ਠਾਉਣ ਦੀ ਲੋੜ ਪਈ ਅਸੀਂ ਕਈ ਪਰ ਸਾਨੂੰ ਇਹ ਸੀ ਵੀ ਘਟੂ ਘਟ ਜੀ ਦਾ ਕਰਕੇ ਅਸੀਂ ਜਿਹੜੇ ਘਟ ਗਿਣਤੀ ਆ ਉਹਨਾਂ ਦਾ ਤਾਂ ਸਿਰੇ ਚੜਨ ਦੀ ਇਹ ਬਾਕੀ ਦੀ ਬੇਨਤੀ ਫੇਰ ਕਰਾਂਗੇ ਇਸ ਕਰਕੇ ਮੰਨਣਾ ਨਾ ਮੰਨਣਾ ਇਹ ਤਾਂ ਕੇਂਦਰ ਦੀ ਤੁਹਾਡੇ ਤੁਹਾਡੇ ਸਟੈਂਡ ਨੂੰ ਲੈ ਕੇ ਲੋਕਾਂ ਦੇ ਵਿੱਚ ਇੱਕ ਵੱਡਾ ਸਵਾਲ ਇਹ ਹੈ ਕਿ ਦਿੱਲੀ ਵਿੱਚ ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਅਸੀਂ ਚੋਣਾ ਨਹੀਂ ਲੜਦਿਆਂ ਅਸੀਂ ਭਾਜੀਪੀ ਤੋਂ ਅਸੀਂ ਬਾਹਰ ਆ ਰਹੇ ਹਾਂ ਅਸੀਂ ਚੋਣਾਂ ਦੇ ਚੱਕਰ ਵਿੱਚ ਹੀ ਨਹੀਂ ਪੈਣਾ ਹੈ ਤੁਸੀਂ ਉਸ ਦੇ ਉਸ ਟਾਈਮ ਕਹਿ ਰਹੇ ਹੋ ਕਿ ਸਾਡਾ ਸਟੈਂਡ ਸਪਸ਼ਟ ਹੈ ਸਾਡੇ ਦੇ ਉੱਤੇ ਦਬਾਅ ਬਣਾਇਆ ਜਾ ਰਿਹਾ ਸੀ ਕਿ ਤੁਸੀਂ ਆਪਣਾ ਸਟੈਂਡ ਬਦਲੋ ਜੇ ਤੁਹਾਡਾ ਸਟੈਂਡ ਕਲੀਅਰ ਹੈ ਪੰਜਾਬ ਦੀ ਗੱਲ ਛੱਡੋ ਤੁਸੀਂ ਦਿੱਲੀ ਵਿੱਚ ਜੇ ਤੁਹਾਡਾ ਸਟੈਂਡ ਉੱ ਸਾਨੂੰ ਨਜ਼ਰ ਕਿਉਂ ਨਹੀਂ ਆਉਂਦਾ ਜਿਹੜੇ ਲੋਕ ਵਿਰੋਧ ਦੇ ਵਿੱਚ ਡਟੇ ਹੋਏ ਨੇ ਤੁਸੀਂ ਵੀ ਉੱਥੇ ਜਾ ਕੇ ਵਿਰੋਧ ਜਤਾ ਸਕਦੇ ਸੀ ਤੁਹਾਡਾ ਲੀਡਰ ਕੋਈ ਕਿਉਂ ਨਹੀਂ ਜਾਂਦਾ ਉੱਥੇ ਤੇ ਇੱਕ ਦੋ ਗੱਲਾਂ ਇਹ ਹਲੇ ਤੀਕਾ ਬੜਾ ਪੁਰਾਣਾ ਸਾਡਾ ਗੱਠ ਜੋੜ ਹੈ ਤੇ ਕਈ ਵਾਰੀ ਕਈ ਗੱਲਾਂ ਐਸੀਆਂ ਹੁੰਦੀਆਂ ਵੀ ਤੁਸੀਂ ਸਾਹਮਣੇ ਧਰਨੇ ਪ੍ਰਦਰਸ਼ਨਾਂ ਤੇ ਉਤਰਨਾ ਹੈ ਜਾਂ ਕਿਸ ਕਿਸਮ ਦਾ ਵਿਰੋਧ ਕਰਨਾ ਹੈ ਇਹਦੀ ਲਈ ਇਹਦੀ ਲਈ ਪਾਰਟੀ ਦੀ ਇੰਟਰਨਲ ਸਾਰੀ ਪਾਰਟੀ ਦੀ رائے ਇੱਕ ਤੇ ਪਲੱਸ ਪਾਰਟੀ ਦਾ ਫੈਸਲਾ ਹੋਣਾ ਚਾਹੀਦਾ ਇਸ ਕਰਕੇ ਜਿਹੜੀਆਂ ਅੰਦਰ ਮੀਟਿੰਗਾਂ ਹੋਈਆਂ ਇਸ ਕਿਸਮ ਦਾ ਇਹ ਦਬਾਅ ਬਣ ਰਿਹਾ ਸੀ ਮੈਂ ਉਹਦੇ ਬਾਰੇ ਵੀ ਡਿਟੇਲ ਹਲੇ ਖੁੱਲ ਕੇ ਤੁਹਾਡੇ ਨਾਲ ਨਹੀਂ ਕਰੂੰਗਾ ਅੱਜ ਸਾਡੀ ਕੋਰ ਕਮੇਟੀ ਦੀ ਮੀਟਿੰਗ ਹੈ ਉਦੋਂ ਬਾਅਦ ਬਹੁਤ ਸਾਰੀਆਂ ਗੱਲਾਂ ਤੈਹ ਹੋਣਗੀਆਂ ਕਿ ਕਿਹੜੀ ਗੱਲ ਕਈ ਗੱਲਾਂ ਇਹ ਹੁੰਦੀਆਂ ਕਿ ਧਰਮ ਦੀ ਗੱਠ ਛੋੜਦਾ ਧਰਮ ਹੁੰਦਾ ਹੈ ਅਸੀਂ ਤਾਂ ਆਪਣੇ ਵੱਲੋਂ ਕਦੇ ਟੁੱਟਣ ਨਹੀਂ ਦਿੱਤਾ ਤੇ ਨਾ ਗਾਂ ਤੋੜਾਂਗੇ ਜਿੰਨਾ ਚਿਰ ਗੱਠ ਜੋੜ ਰਹੂਗਾ ਤੇ ਜਿਹੜੀਆਂ ਅੰਦਰ ਗੱਲਾਂ ਹੋਈਆਂ ਕਈ ਅੰਦਰ ਵਾਲੀਆਂ ਗੱਲਾਂ ਬਾਹਰ ਕਰਨੀਆਂ ਹੁੰਦੀਆਂ ਕਈ ਨਹੀਂ ਕਰਨੀਆਂ ਹੁੰਦੀਆਂ ਲੋਕਾਂ ਨੂੰ ਸਭ ਪਤਾ ਹੀ ਹੁੰਦਾ ਤੁਹਾਡੇ ਵਰਗੇ ਸੂਝਵਾਨ ਸੱਜਣ ਨੇ ਜਿਹੜੇ ਹਰ ਰੋਜ਼ ਸਮਝ ਲਓ ਪੋਲਿਟਿਸ਼ੀਨਾਂ ਨਾਲ ਵਰਤਦੇ ਨੇ ਸਾਰੀਆਂ ਗੱਲਾਂ ਨੂੰ ਦੇਖਦੇ ਨੇ ਸੁਣਦੇ ਨੇ ਉਹਨਾਂ ਨੂੰ ਸਭ ਪਤਾ ਹੀ ਹੁੰਦਾ ਇਸ ਕਰਕੇ ਜੇ ਕਈ ਗੱਲਾਂ ਨਹੀਂ ਵੀ ਬੋਲੀਆਂ ਜਾਂਦੀਆਂ ਉਹਨਾਂ ਦਾ ਵੀ ਪਤਾ ਹੀ ਹੁੰਦਾ ਤੇ ਮੈਂ ਬੇਨਤੀ ਇਸ ਗੱਲ ਦੀ ਕਰੂੰਗਾ ਕਿ ਜ਼ਿਆਦਾ ਗੱਲਾਂ ਸਾਡੀ ਕੋਰ ਕਮੇਟੀ ਤੋਂ ਬਾਅਦ ਜੜੀਆਂ ਹੈਗੀਆਂ ਉਹ ਕਲੀਅਰ ਹੋਣੀਆਂ ਕਿ ਕੀ ਅੱਗੇ ਰਣਨੀਤੀ ਬਣਨੀ ਹੈ ਕੀ ਇਹਦਾ ਹੋਣਾ ਚਾਹੀਦਾ ਕੀ ਨਹੀਂ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਤੁਸੀਂ ਆਪਣੇ ਇਸ ਗੱਟ ਜੋੜ ਨੂੰ ਲੈ ਕੇ ਕੀ ਆਧਾਰ ਤੁਸੀਂ ਮੰਨਦੇ ਹੋ ਕਿ ਕੀ ਅੱਗੇ ਇਹ ਗੱਟ ਜੋੜ ਜਾਰੀ ਰਹੇਗਾ ਕਿਉਂਕਿ ਤੁਸੀਂ ਦੋਨੇ ਪਾਰਟੀਆਂ ਹਮੇਸ਼ਾ ਅਕਾਲੀ ਦਲ ਤੇ ਭਾਜਪਾ ਇਹ ਕਹਿ ਰਹੀਆਂ ਨੇ ਕਿ ਪੰਜਾਬ ਦੀ ਜਿਹੜੀ ਭਾਈਚਾਰਕ ਸਾਂਝ ਹੈ ਉਹ ਇਸ ਗੱਟ ਜੋੜ ਦੇ ਨਾਲ ਬਹੁਤ ਵੱਡੇ ਪੱਧਰ ਦੇ ਉੱਤੇ ਜੁੜੀ ਹੋਈ ਹੈ ਤਾਂ ਤੁਸੀਂ ਭਵਿੱਖ ਦੇ ਵਿੱਚ ਪੰਜਾਬ 'ਚ ਇਸ ਰਿਸ਼ਤੇ ਨੂੰ ਕਿਸ ਤਰੀਕੇ ਦੇ ਵਿੱਚ ਦੇਖ ਰਹੇ ਹੋ ਤੁਸੀਂ ਨਿਭਾਉਣ ਦੇ ਹੱਕ 'ਚੋਂ ਜਾਂ ਤੁਹਾਨੂੰ ਲੱਗਦਾ ਹੈ ਕਿ ਇੱਥੇ ਵੀ ਤੁਸੀਂ ਉਸ ਤਰੀਕੇ ਦਾ ਵਿਰੋਧ ਆਪਣਾ ਜਿਹੜਾ ਸਟੈਂਡ ਹੈ ਤੁਹਾਡਾ ਸੀ ਉਹਦੇ ਉੱਤੇ ਕਾਇਮ ਰੱਖੋਗੇ ਦੇਖੋ ਕਈ ਗੱਲਾਂ ਹੈਗੀਆਂ ਜਿਦੇ ਕਰਕੇ ਅੰਦਰੋਂ ਬਾਹਰੋਂ ਜਿਵੇਂ ਭਾਜੀਪੀ ਦੇ ਲੀਡਰ ਖੁੱਲਕੇ ਬੋਲ ਰਿਹਾ ਕਿ ਜੀ ਸਾਨੂੰ ਇਹ ਚਾਹੀਦਾ ਉਹ ਚਾਹੀਦਾ ਉਹ ਸਾਡੀ ਪਾਰਟੀ ਚ ਵੀ ਬੜੇ ਸਾਡੇ ਲੀਡਰ ਨੇ ਜਿਹੜੇ ਸਾਡੇ ਤੇ ਪ੍ਰੈਸ਼ਰ ਪਾ ਰਹੇ ਆ ਕਿ ਤੁਸੀਂ ਕਿਉਂ ਨਹੀਂ ਫੁਲਾਨੀਆਂ ਫੁਲਾਨੀਆਂ ਮੰਗਾ ਜੜੀਆਂ ਹੈਗੀਆਂ ਉਹ ਕਿਉਂ ਨਹੀਂ ਪੂਰੀਆਂ ਕਰਵਾਉਂਦੇ ਜੜੀਆਂ ਕਿ ਕਈ ਲਟਕਦੀਆਂ ਮੰਗਾ ਹੈਗੀਆਂ ਭਾਈ ਰਾਜੂਵਾਲਾ ਮਸਲਾ ਬੰਦੀ ਸਿੰਘਾਂ ਦਾ ਮਸਲਾ ਭਾਵੇਂ ਗਿਆਨ ਗੋਦੜੀ ਦਾ ਮਸਲਾ ਭਾਵੇਂ ਜਿਹੜੇ ਸਾਡੇ ਹੋਰ ਗੁਰਦੁਆਰਿਆਂ ਸੱਭਾ ਨਾਲ ਦਾ ਮਸਲਾ ਮਸਲੇ ਕਈ ਹੈਗੇ ਆ ਸਾਡੇ ਤੇ ਵੀ ਪ੍ਰੈਸ਼ਰ ਬਹੁਤ ਪੈਂਦਾ ਜਿਹੜੀ ਗੱਲ ਸਾਡੀ ਮੰਨ ਲੈਂਦੇ ਆ ਚੰਗੀ ਹੈ ਪਰ ਕਈ ਗੱਲਾਂ ਹਲੇ ਨਹੀਂ ਮੰਨੀਆਂ ਜਾਂਦੀਆਂ ਜਿਹਦੀ ਅੱਜ ਖੁੱਲਕੇ ਵਿਚਾਰ ਚਰਚਾ ਇਹ ਹੋਣੀ ਹੈ ਕਿਉਂਕਿ ਜੇ ਇਹ ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ ਜੇ ਅਸੀਂ ਕੱਲੇ ਅਖੀਏ ਵੀ ਗੱਠ ਜੋੜ ਦੀ ਧਰਮ ਦੀ ਨਵਾਦੀਏ ਤੇ ਦੂਜੇ ਪਾਸੋਂ ਨਾ ਨਵਾਬ ਤੇ ਨਹੀਂ ਨਿਭਣਾ ਇਸ ਕਰਕੇ ਜੇ ਨਵਾਉਣਾ ਤਾਂ ਸਭ ਨੂੰ ਰਲ ਕੇ ਨਵਾਉਣਾ ਪੈਣਾ ਔਰ ਉਹਨਾਂ ਦੀਆਂ ਜਿਹੜੀਆਂ ਘੱਟੋ-ਘੱਟ ਸਾਡੇ ਜਿਹੜੀਆਂ ਸ਼ਰੋਮਣੀ ਅਕਾਲੀ ਦਲ ਦੀਆਂ ਪਰੰਪਰਾਵਾਂ ਨੇ ਸਿੱਖ ਧਰਮ ਦੀਆਂ ਪਰੰਪਰਾਵਾਂ ਨੇ ਉਹਨਾਂ ਨੂੰ ਦਾਤੇ ਲਾ ਕੇ ਮੇਰੇ ਖਿਆਲ ਹੈ ਅਸੀਂ ਮਤਲਬ ਨਹੀਂ ਚੱਲਣਾ ਚਾਹੁੰਦੇ ਇਸ ਕਰਕੇ ਹੋਰ ਕਮੇਟੀ ਫੈਸਲਾ ਕਰੇਗੀ ਉਨ੍ਹਾਂ ਨਾਲ ਕੀ ਅੱਗੇ ਗੱਲਬਾਤ ਕਰਕੇ ਤੇ ਕੀ ਜੜੀਆਂ ਨੇ ਤੁਹਾਡੇ ਵਿਰੋਧੀ ਇੱਕ ਹਮੇਸ਼ਾ ਤੋਂ ਕੇਂਦਰ ਦੀ ਸਰਕਾਰ ਤੇ ਇਲਜ਼ਾਮ ਲਾ ਰਹੇ ਨੇ ਕਿ ਕੇਂਦਰ ਦੇ ਵਿੱਚ ਜਦੋਂ ਤੋਂ ਸੱਤਾ ਦੇ ਵਿੱਚ ਬੀਜੇਪੀ ਦੀ ਸਰਕਾਰ ਆਈ ਹੈ ਘਟਕਿਰਤੀਆਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਬਹੁਤ ਸਾਰੇ ਖਤਰੇ ਲਗਾਤਾਰ ਬਣੇ ਹੋਏ ਨੇ ਆਰਐਸਐਸ ਦੇ ਮੁਖੀ ਲਗਾਤਾਰੇ ਬਿਆਨ ਦਿੰਦੇ ਨੇ ਕਿ ਹਿੰਦੂ ਰਾਸ਼ਟਰ ਹੈ बार-बार ਉਹਨਾਂ ਦਾ ਇਹ ਬਿਆਨ ਹੁਣ ਸਾਹਮਣੇ ਆ ਰਿਹਾ ਦੇਖੋ ਮੈਂ ਇੱਕ ਬੇਨਤੀ ਕਰਾਂ ਕਿ ਸਿੱਖ ਜਿਹੜੀ ਧਰਮ ਹੈ ਜਾਂ ਸਿੱਖ ਜਿਹੜੇ ਸਾਡੀ ਸਿਆਸਤ ਹੈ ਇਹ ਕਿਸੇ ਤੋਂ ਘਬਰਾਉਣ ਤੇ ਡਰਨ ਵਾਲੀ ਨਹੀਂ ਹੈ ਅਸੀਂ ਲੋਕਾਂ ਨੂੰ ਉਹ ਉਹ ਲੋਕਾਂ ਜਿਨ੍ਹਾਂ ਨੂੰ ਸਾਨੂੰ ਗੁਰੂ ਸਾਹਿਬ ਦੀ ਥਾਪਣਾ ਹੈ ਕਿ ਅਸੀਂ ਲੋਕਾਂ ਨੂੰ ਰਸਤਾ ਦਿਖਾਉਣ ਵਾਲੇ ਆਂ। ਨਾ ਕੋਈ ਆਰਐਸਐ ਸਾਡਾ ਵਿਗਾੜ ਸਕਦੀ ਹੈ ਕੁਝ, ਨਾ ਕੋਈ ਸਾਨੂੰ ਕੋਈ ਕਈ ਗਏ ਕੋਈ ਪਾਰਟੀ ਢਾ ਸਕਦੀ ਹੈ, ਨਾ ਕੋਈ ਸਾਡੇ ਸਿਧਾਂਤ ਬਦਲ ਸਕਦੀ ਹੈ। ਮੈਂ ਇੱਕ ਬੇਨਤੀ ਕਰਾਂ ਇਹ ਸਾਡੇ ਆਪਣੇ ਆਪ ਨੂੰ ਸਿੱਖਾਂ ਨੂੰ ਹੀ ਆਪਣੇ ਆਪ ਚ ਪਰਪੱਕ ਹੋਣਾ ਪਊਗਾ ਕਿ ਤੁਹਾਡੇ ਚ ਸੂਈ ਵੀ ਮਾਰੀ ਜਾਵੇ ਉਹ ਨਹੀਂ ਚੁਬਣੀ ਚਾਹੀਦੀ ਤੇ ਕੋਈ ਬਾਕੀ ਦੀਆਂ ਗੱਲਾਂ ਕੀ ਕਰ ਲੂਗਾ। ਇਸ ਕਰਕੇ ਸਿੱਖ ਧਰਮ ਤੇ ਬੜੇ ਵੱਡੇ ਵੱਡੇ ਹਮਲੇ ਹੋਏ ਆ ਬੜੇ ਵੱਡੇ ਵੱਡੇ ਉਤਰਾ ਚੜਾਏ ਆ ਪਰ ਸਿੱਖ ਧਰਮ ਹਮੇਸ਼ਾ ਅਡੋਲ ਰਿਹਾ ਤੇ ਨਾ ਹੀ ਕਿਸੇ ਵੀ ਆਪਾਂ ਜਿਸ ਤੁਸੀਂ ਗੱਲ ਕੀਤੀ ਆਰਐਸਐਸ ਦੀ ਕਹ ਲੋ ਜਾਂ ਸਾਡੇ ਕੁਝ ਕਿਸੇ ਦੀ ਵੀ ਕਹ ਲੋ ਇਹ ਇਹ ਕਿਸੇ ਤੋਂ ਨਹੀਂ ਮਤਲਬ ਨਾ ਟੁੱਟ ਸਕਦਾ ਤੇ ਨਾ ਖਤਮ ਹੋ ਸਕਦਾ ਇਸ ਕਰਕੇ ਕਿਸੇ ਨੂੰ ਭੁਲੇਖਾ ਨਹੀਂ ਰਹਿਣਾ ਚਾਹੀਦਾ ਤੇ ਨਾ ਹੀ ਕਿਸੇ ਤੋਂ ਡਰਨਾ ਚਾਹੀਦਾ ਆਪਣੇ ਆਪ ਚ ਪਰਪੱਕੀ ਜਾਂਨੇ ਹੋ ਜੋ ਕਿ ਤੁਹਾਡੇ ਤੇ ਕਿਸੇ ਦਾ ਕੋਈ ਅਸਰ ਹੀ ਨਾ ਹੋਵੇ ਜਰਨੈਲ ਸਾਹਿਬ ਬਾਬਾ ਧੰਨਵਾਦ ਸਾਰਾ ਗੱਲਬਾਤ ਕਰਨ ਲਈ ਸੋ ਇਸਨ ਚੰਦ ਜੀ ਸਬਰਾੜ ਜਿਨ੍ਹਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਦਾ ਸਟੈਂਡ ਇਸ ਗੱਲ ਨੂੰ ਲੈ ਕੇ ਪੂਰੀ ਤਰ੍ਹਾਂ ਕਲੀਅਰ ਹੈ ਕਿ ਜੋ ਕਾਨੂੰ ਉਨ ਕੇਂਦਰ ਦੀ ਸਰਕਾਰ ਲੈ ਕੇ ਆਈ ਹੈ ਉਸ ਦੇ ਵਿੱਚ ਕਿਸੇ ਦੇ ਵੀ ਨਾਲ ਧਰਮ ਦੇ ਆਧਾਰ ਤੇ ਵਿਤਕਰਾ ਨਹੀਂ ਹੋਣਾ ਚਾਹੀਦਾ ਤੇ ਇਸ ਸਟੈਂਡ ਦੇ ਉੱਤੇ ਉਹ ਲਗਾਤਾਰ ਕਾਇਮ ਰਹਿਣਗੇ ਫਿਲਹਾਲ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕਾਂਗੇ ਪੰਜਾਬ ਬੋਲਦਾ ਲਗਾਤਾਰ ਜਾਰੀ ਰਹੇਗਾ ਬ੍ਰੇਕ ਤੋਂ ਬਾਅਦ ਪੰਜਾਬ ਬੋਲਦਾ ਜੀ ਤੁਹਾਡਾ ਸਵਾਗਤ ਹੈ ਜੀ ਗੱਲ ਅਸੀਂ ਨਾਗਰਿਕਤਾ ਸੂਧ ਕਾਨੂੰਨ ਦੇ ਉੱਤੇ ਕਰ ਰਹੇ ਸੀ ਜਿਸ ਨੂੰ ਲੈ ਕੇ ਅਕਾਲੀ ਦਲ ਤੇ ਭਾਜਪਾ ਜਿਹੜੇ ਨੇ ਦਿੱਲੀ ਪੇ ਦੇ ਵਿੱਚ ਆਪਸ ਵਿੱਚ ਵੜੇ ਹੋਏ ਨਜ਼ਰ ਆ ਰਹੇ ਨੇ ਪੂਰੀ ਤਰ੍ਹਾਂ ਦੇ ਨਾਲ ਅਕਾਲੀ ਦਲ ਕਹਿ ਚੁੱਕਿਆ ਕਿ ਅਸੀਂ ਚੋਣਾਂ ਨਹੀਂ ਲੜਾਂਗੇ ਉੱਤੇ ਹੀ ਅਕਾਲੀ ਦਲ ਲਗਾਤਾਰ ਇਹ ਵੀ ਦਾਵਾ ਕਰ ਰਿਹਾ ਹੈ ਕਿ ਇਸ ਕਾਨੂੰ ਪਰ ਕਾਂਗਰਸ ਲਗਾਤਾਰ ਇਸ ਦੇ ਉੱਤੇ ਸਵਾਲ ਚੁੱਕ ਰਹੀ ਹੈ ਕਹਿ ਰਹੀ ਹੈ ਕਿ ਜੇਕਰ ਤੁਸੀਂ ਦਿੱਲੀ ਦੇ ਵਿੱਚ ਚੋਣਾ ਨਹੀਂ ਲੜ ਰਹੇ ਤਾਂ ਫਿਰ ਗੱਟ ਚੋੜ ਤੋਂ ਵੀ ਬਾਹਰ ਆ ਜਾਣਾ ਚਾਹੀਦਾ ਹੈ ਸਾਡੇ ਨਾਲ ਕਾਂਗਰਸ ਦੇ ਸੀਨੀਅਰ ਆਗੂ ਰਾਜਕੁਮਾਰ ਵੀਰਕਾ ਜੀ ਮਹਾਤੂਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦਾ ਕੀ ਕੁਝ ਕਹਣਾ ਵੀਰਕਰ ਸਾਹਿਬ ਕੀ ਕਿਸ ਤਰੀਕੇ ਨਾਲ ਦੇਖਦੇ ਹੋ ਅਕਾਲੀ ਦਲ ਕਹਿ ਰਿਹਾ ਹੈ ਕਿ ਦਿੱਲੀ ਦੇ ਵਿੱਚ ਅਸੀਂ ਚੋਣਾ ਨਹੀਂ ਲੜ ਰਹੇ ਕਿਉਂਕਿ ਸਾਡੇ ਤੇ ਦਬਾਅ ਪਾਇਆ ਜਾ ਰਿਹਾ ਸੀ ਸੀਏ ਨੂੰ ਲੈ ਕੇ ਪਰ ਅਸੀਂ ਆਪਣਾ ਸਟੈਂਡ ਪੱਕਾ ਰੱਖਿਆ ਅਸੀਂ ਚੋਣਾ ਨਹੀਂ ਲੜਾਂਗੇ ਨੇ 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 ਵੀ ਦਬਾਅ ਕੌਣ ਪਾ ਰਿਆ ਸੀ ਉਹਨੂੰ ਖੁਲਾਸਾ ਕਰ ਦੇਣਾ ਚਾਹੀਦਾ ਉਹਨਾਂ ਨੂੰ ਔਰ ਜਿਸ ਤਰੀਕੇ ਨਾਲ ਵਿਚਾਰਾ ਮਨਜਿੰਦਰ ਸੀ ਗੜਗੜਾ ਰਿਹਾ ਸੀ ਔਰ ਕੁਰਲਾ ਰਿਹਾ ਸੀ ਕਿ ਮੈਂ ਤੇ ਇਲੈਕਸ਼ਨ ਦਾ ਪ੍ਰਚਾਰ ਵੀ ਸ਼ੁਰੂ ਕਰਤਾ ਮੈਂ ਲੋਕਾਂ ਦੀਆਂ ਘੰਟੀਆਂ ਵਜਾਣੀਆਂ ਸ਼ੁਰੂ ਕਰਤੀਆਂ ਲੋਕਾਂ ਨੇ ਮੈਨੂੰ ਕਿਹਾ ਕਿ ਤੈਨੂੰ ਵੋਟ ਪਾਵਾਂਗੇ ਲੇਕਿਨ ਬੜੇ ਬਿਆਭਰੂ ਹੋ ਕੇ ਤੇਰੇ ਕੋਚੇ ਸੇ ਹਮ ਨਿਕਲੇ ਉਹ ਕਹਿੰਦੇ ਜਿੰਨਾ ਜਲੀਲ ਕਰਕੇ ਸਾਨੂੰ ਉਹਨਾਂ ਨੇ ਭੇਜਿਆ ਆ ਅਸੀਂ ਸੋਚ ਨਹੀਂ ਸਕਦੇ ਸਾਡਾ ਜੋ ਹਾਲ ਹੋਇਆ ਮੈਂ ਸਮਝਦਾ ਕਿ ਇਹ ਲੀਡਰਸ਼ਿਪ ਦੀ ਜਿਹੜੀ ਹੈ ਉਹ ਕੁਆਲਟੀ ਚ ਫਰਕ ਆ ਔਰ ਸੁਖਵੀਰ ਬਾਦਲ ਨੂੰ ਇਹ ਸਾਰੀ ਗੱਲ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਆ ਕਿ ਉਹਨਾਂ ਨੂੰ ਟਾਈਮ ਟੂ ਟਾਈਮ ਸਭ ਲੋਕ ਜਲੀਲ ਕਰਦੇ ਜਾ ਰਹੇ ਆ ਪਹਿਲੇ ਢਿੰਡ ਸਾਹਿਬ ਤੋਂ ਪਹਿਲੇ ਸ਼ੇਖਵਾ ਸਾਹਿਬ ਨੇ ਜਲੀਲ ਕਰ ਦਿੱਤਾ ਬ੍ਰਹਮਪੁਰਾ ਸਾਹਿਬ ਨੇ ਜਲੀਲ ਕਰ ਦਿੱਤਾ ਫਿਰ ਉਹਦੇ ਬਾਅਦ ਰਤਨ ਸਿੰਘ ਨਾਲ ਆ ਜਲੀਲ ਕਰ ਗਏ ਹੁਣ ਢਿੰਡ ਸਾਹਿਬ ਪਿਓ ਪੁੱਤਰ ਜਲੀਲ ਕਰਕੇ ਚਲੇ ਗਏ ਹਰਿਆਣੇ ਜੀ ਗਏ ਤੇ ਮਨੋਰਾ ਖੱਟਰ ਜੀ ਜਲੀਲ ਕਰ ਗਿਆ ਦਿੱਲੀ ਚ ਗਏ ਤੇ ਹੁਣ ਭਾਜਪੀ ਨੇ ਜਲੀਲ ਕਰਤਾ ਵੀ ਹੁਣ ਜਲਾਲਤ ਨਾ ਭਰੇ ਹੋਏ ਵਿਅਕਤੀ ਵਿਚਾਰਾ ਉਦਾਸ ਪਰੇਸ਼ਾਨ ਘੁੰਮ ਰਿਹਾ ਹੈ ਉਹਨੂੰ ਕੋਈ ਟਿਕਾਣਾ ਲੱਭਦਾ ਨਹੀਂ ਪਿਆ ਉਹਨੂੰ ਹੁਣ ਚਾਹੀਦਾ ਕਿ ਜੇਕਰ ਸੱਚਮੁੱਚ ਕਿ ਭਾਈ ਇਸ ਗੱਲ ਵਾਸਤੇ ਤੇਰੇ ਚ ਥੋੜੀ ਜਿਹੀ ਵੀ ਗੈਰਤ ਹੈ ਅਨਖਾ ਤੇ ਤੈਨੂੰ ਫੋਰੀ ਤੌਰ ਦੇ ਉੱਪਰ ਭੈਣ ਹਰ ਸਿਮਰਨ ਕੋਰ ਬਾਦਲ ਨੂੰ ਉਸਤਿਫਾ ਦੇਣ ਲਈ ਕਹਿਣਾ ਚਾਹੀਦਾ ਔਰ ਭਈ ਤੁਸੀਂ ਆਪਣੇ ਸਾਥੀਆਂ ਦੀ ਇਹ ਬੇਇੱਜ਼ਤੀ ਦੇ ਬਦਲੇ ਆਪਣੀ ਕੁਰਸੀ ਬਚਾ ਕੇ ਰੱਖਣਾ ਚਾਹੁੰਦੇ ਹੋ ਇਸ ਤੋਂ ਵੱਡਾ ਸੁਆਰਥ ਕੀ ਹੋ ਸਕਦਾ ਤੁਸੀਂ ਕਹਿ ਰਹੇ ਹੋ ਕਿ ਉਹ ਕਹਿ ਰਿਹਾ ਕਿ ਮੈਂ ਆਪਣੇ ਸਟੈਂਡ ਤੋਂ ਨਹੀਂ ਬਦਲਾਂਗਾ ਲੋ ਮੈਂ ਕਿੰਨੀ ਵਾਰ ਹੀ ਕਿਹਾ ਬਈ ਸਾਈਕਲ ਦਾ ਸਟੈਂਡ ਹੋ ਸਕਦਾ ਸੁਖਬੀਰ ਬਾਦਲ ਦਾ ਕਾਹਦਾ ਸਟੈਂਡ ਉਹਦਾ ਕੋਈ ਸਟੈਂਡ ਹੈ ਨਹੀਂ ਔਰ ਸੁਖਬੀਰ ਬਾਦਲ ਪਟਕਿਆ ਫਿਰਦਾ ਔਰ ਉਹ ਕਾਲੀ ਦਲ ਦੇ ਸਾਰੇ ਲੀਡਰ ਹੁਣ ਕੀ ਕਹਿੰਦੇ ਆ ਹੁਣ ਅਗਲੀ ਮੈਂ ਤੁਹਾਨੂੰ ਭਵਿੱਖਬਾਣੀ ਦੇ ਦਿਆਂ ਆਪ ਬੜੀ ਜਲਦੀ ਆ ਕਾਲੀ ਦਲ ਕਾਲੀ ਦਲ ਨੂੰ ਹੋਰ ਵੀ ਦੋ ਤਿੰਨ ਵੱਡੇ ਲੀਡਰ ਛੱਡ ਕੇ ਜਾਣ ਵਾਲੇ ਆ ਉਹਨਾਂ ਦਾ ਬੀਜੇਪੀ ਨਾਲ رابطہ ਹੋ ਗਿਆ ਔਰ ਅਮਿਤ ਸ਼ਾਹ ਆ ਸਾਰੀਆਂ ਗੱਲਾਂ ਦਾ ਸੂਤਰ ਧਾਰਾ ਔਰ ਉਹ ਸੁਖਵੀਰ ਬਾਦਲ ਦੇ ਨਾਲ ਸਮਝੌਤਾ ਨਹੀਂ ਕਰਨਾ ਚਾਹੁੰਦਾ ਉਹ ਤੋੜ ਕੇ ਕੁਝ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਉਹ ਤੋੜ ਕੇ ਕੁਝ ਕਾਲੀ ਦਲ ਦੇ ਲੋਕਾਂ ਨੂੰ ਉਹ ਵੱਖਰਾ ਗਰੁੱਪ ਬਣਾ ਕੇ ਬੀਜੇਪੀ ਨਾਲ ਚੱਲਣਾ ਚਾਹੁੰਦਾ ਲੇਕਿਨ ਮੈਨੂੰ ਲੱਗਦਾ ਮੈਨੂੰ ਲੱਗਦਾ ਕਿ ਇਹ ਸੁਖਬੀਰ ਬਾਦਲ ਦਾ ਭਵਿੱਖ ਖਤਰੇ ਦੇ ਵਿੱਚ ਹੈਗਾ ਔਰ ਇਹ ਸੁਖਬੀਰ ਬਾਦਲ ਦੇ ਉੱਪਰ ਹੁਣ ਬੜੀ ਬੁਰੀ ਤਰ੍ਹਾਂ ਨਾਲ ਮੁਸੀਬਤ ਦਾ ਪਹਾੜ ਡਿੱਗਣ ਵਾਲਾ ਔਰ ਇਹ ਹੁਣ ਹਰ ਸਿਮਰਨ ਕੋਰ ਬਾਦਲ ਦੀ ਕੁਰਸੀ ਦਾ ਸਵਾਲ ਆ ਲੇਕਿਨ ਮੈਂ ਉਹਨੂੰ ਕਿੰਨੀ ਵਾਰੀ ਕਿਹਾ ਕਿ ਹਰ ਸਿਮਰਨ ਕੋਰ ਬਾਦਲ ਦੀ ਕੁਰਸੀ ਦੀ ਚਿੰਤਾ ਕਰਨਾ ਤਾਂ ਬੜੀ ਵੱਡੀ ਮੁਸੀਬਤ ਆਉਣ ਵਾਲੀ ਹੋ ਇਹ ਕ ਸਰ ਇੱਕ ਅਕਾਲੀ ਦਲ ਇਹ ਇਲਜ਼ਾਮ ਲਾ ਰਿਹਾ ਤੁਹਾਡੇ ਦੇ ਉੱਤੇ ਕਾਲੀਦਾਲ ਤੋੜਤੇ ਵਾਰ-ਵਾਰ ਇਲਜ਼ਾਮ ਲਾ ਰਿਹਾ ਹੈ ਕਿ ਜਿਹੜਾ ਤੁਸੀਂ ਕਾਂਗਰਸ ਮਤਾ ਲੈ ਕੇ ਆਈਏ ਵਿਧਾਨ ਸਭਾ ਦੇ ਵਿੱਚ ਉਸ ਮਤੇ ਦੇ ਨਾਲ ਕਿਤਨਾ ਕਿਤੇ ਜਿਹੜਾ ਬਾਕੀ ਜਿਹੜੇ ਘੱਟ ਗਿਣਤੀ ਪਾਈ ਚੱ ਰਹੇ ਉਹਨਾਂ ਨੂੰ ਜੋ ਫਾਇਦਾ ਹੋਣਾ ਸੀ ਤੁਹਾਡੇ ਉਸ ਮਤੇ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਕਾਨੂੰਨ ਦਾ ਵਿਰੋਧ ਕੀਤਾ ਗਿਆ ਪਰ ਉਹ ਇਹ ਚਾਹੁੰਦੇ ਸੀ ਕਿ ਤੁਸੀਂ ਸਿਰਫ ਇਹ ਮੰਗ ਕਰਦੇ ਮਤੇ ਦੇ ਵਿੱਚ ਕਿ ਜੋ ਮੁਸਲਿਮ ਪਾਈ ਚੱ ਰਾਇਆ ਉਸ ਨੂੰ ਵੀ ਕਾਨੂੰਨ ਦੇ ਵਿੱਚ ਐਡ ਕੀਤਾ ਜਾਵੇ ਨਾ ਕਿ ਬਾਕੀਆਂ ਦਾ ਹੱਕ ਮਾਰਿਆ ਜਾਵੇ ਪਰ ਤੁਸੀਂ ਜਿਹੜਾ ਮਤਾ ਲਿਆਂਦਾ ਉਹਦੇ ਨਾਲ ਬਾਕੀਆਂ ਦਾ ਹੱਕ ਵੀ ਮਾਰਿਆ ਜਾਏਗਾ ਨਹੀਂ 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 ਇਹ ਨਹੀਂ ਹੈ ਉਹ ਉਹਨਾਂ ਨੂੰ ਗਲਤਫਹਿਮੀ ਹੋਈ ਬਈ ਸਾਡਾ ਡਾ ਫੈਂਡਰ ਟਾਂਚਾ ਆਇਆ ਜਿਹੜਾ ਸਾਡੀ ਭਾਈਚਾਰਕ ਸਾਂਝ ਹੈ ਉਹਦੇ 'ਚ ਬ੍ਰੇਕ ਕੀਤੀ ਜਾਵੇ ਤੇ ਅਸੀਂ ਉਹ ਕਾਨੂੰਨ ਨੂੰ ਮੰਨ ਲਈਏ ਬਈ ਅਸੀਂ ਇਹ ਬਾਬਾ ਨਾਨਕ ਦੀ ਧਰਤੀ ਤੇ ਬੈਠੇ ਹੋਏ ਆ ਬਾਬਾ ਨਾਨਕ ਨੇ ਜਿਸ ਵਕਤ ਇਹ ਇਹ ਗੋਲਡਨ ਟੈਂਪਲ ਦੀ ਉਸਾਰੀ ਹੋਈ ਨਾ ਜੀ ਉਸ ਵਕਤ ਉਹਨਾਂ ਨੇ ਸਾਈ ਮੀਆਂ ਮੀਰ ਜਿਹੜੇ ਮੁਸਲਿਮ ਪੀਰ ਸੀ ਉਹਨਾਂ ਦੇ ਕੋਲੋਂ ਪਹਿਲੀ ਇੱਟ ਰਖਾਈ ਸੀ ਔਰ ਇਹ ਗੱਲ ਕਹੀ ਸੀ ਕਿ ਪਹਿਲੀ ਇੱਟ ਦਰਬਾਰ ਸਾਹਿਬ ਦੀ ਮੀਆਂ ਮੀਰ ਨੇ ਲਾਈ ਸੱਚੇ ਪੀਰ ਨੇ ਇਨਸਾਨਾਂ ਨੂੰ ਪਿਆਰ ਦੀ ਰਾਹ ਦਿਖਾਈ ਅੱਲਾਹ ਤਾਲਾ ਤੇ ਰੱਬ ਕੋ ਲੋ ਮੰਗਿਏ ਖੈਰ ਭਰਾਵਾਂ ਦੀ ਇਹ ਧਰਤੀ ਪੰਜ ਦਰਿਆਵਾਂ ਦੀ ਜਿਵੇਂ ਗੋਦੀ ਹੋਵੇ ਮਾਂ ਦੀ ਇਸ ਗੋਦੀ ਚੋਂ ਉਹਦਾ ਇੱਕ ਲਾਲ ਕੱਢ ਕੇ ਬਾਹਰ ਸੁੱਟ ਦੇ ਔਰ ਉਹ ਇਹ ਕਹੋ ਕਿ ਤਿੰਨਾਂ ਦੇ ਨਾਲ ਗੁਜ਼ਾਰਾ ਹੋਏਗਾ ਚਲੋ ਮੈਂ ਇੱਕ ਗੱਲ ਪੁੱਛਾਂ ਇਹ ਇਹ ਕਹਿੰਦੇ ਐ ਕਿ ਅਫਗਾਨਿਸਤਾਨ ਪਾਕਿਸਤਾਨ ਤੇ ਬੰਗਲਾਦੇਸ਼ ਦੇ ਆ ਤਿੰਨ ਕੰਟਰੀਆਂ ਦੇ ਲੋਕਾਂ ਨੂੰ ਅਸੀਂ ਨਾਗਰਿਕਤਾ ਦੇਾਂਗੇ ਤੇ ਭਾਈ ਫਿਰ ਪੁਟਾਣ ਵਾਲਿਆਂ ਦਾ ਕੀ ਕਸੂਰ ਆ ਤੇ ਫਿਰ ਤਾਮਿਲਾਂ ਦਾ ਕੀ ਕਸੂਰ ਆ ਉਥੇ ਕਿੰਨੇ ਸਿੱਖ ਆ ਉਹਨਾਂ ਦੀ ਕਿਉਂ ਨਹੀਂ ਤਕਲੀਫ ਤੁਹਾਨੂੰ ਹੋ ਰਹੀ ਉਥੇ ਕਿੰਨਾ ਹਿੰਦੂ ਆ 50 ਲੱਖ ਹਿੰਦੂ ਆ ਤੁਹਾਨੂੰ ਉਸ ਦੀ ਤਕਲੀਫ ਕਿਉਂ ਨਹੀਂ ਹੋਈ ਇਸ ਗੱਲ ਵਾਸਤੇ ਲੇਕਿਨ ਮੈਂ ਤੁਹਾਨੂੰ ਇਹ ਗੱਲ ਕਹਾਂ ਕਿ ਇਹ ਸੁਖਬੀਰ ਬਾਦਲ ਨੂੰ ਕੋਈ ਪੰਜਾਬ ਨਾਗਰਿਕਤਾ ਬਿਲ ਇਹਦਾ ਕੋਈ ਸਬੰਸਰੋ ਕਰ ਨਹੀਂ ਉਹ ਤੇ ਵਿਚਾਰਾ ਆਪਣੀ ਕੁਰਸੀ ਦੀ ਤਲਾਸ਼ 'ਚ ਉਹ ਮਰਾ 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 ਫਿਰਦਾ ਫਿਰਦਾ ਹੀ ਔਰ ਪਹਿਲੇ ਦੇਖਿਆ ਸਾਰੇ ਕਾਲੀ ਵਿਚਾਰੇ ਪੈਰਾ ਥੱਲੇ ਰੋਲ ਕੇ ਆ ਮੀਆਂ ਬੀਬੀ ਜਿੱਤ ਕੇ ਚਲੇ ਗਏ ਸੌਦਾ ਕਰ ਲਿਆ ਸਾਰੇ ਕਾਲੀ ਦਲ ਮਾਰਨ ਦਾ ਜਿੰਨੇ ਸਪਾਰੀ ਕਾਲੀ ਦਲ ਨੂੰ ਮਾਰਨ ਦੀ ਲਈ ਹੋਵੇ ਤੇ ਭਾਈ ਉਹ ਅੱਜ ਕੀ ਭਾਲਦਾ ਇੱਥੇ ਫਿਰ ਕਾਲੀ ਦਲ ਨੇ ਹੁਣ ਉਹਦੀ ਸਪਾਰੀ ਲੱਲੀਓ ਹੋਨਸ ਸਿੰਘ ਵੀਰ ਮਾਨ ਗੱਲ ਕਲੀਅਰ ਕਰੋ ਕਿ ਤੁਹਾਨੂੰ ਲੱਗਦਾ ਹੈ ਕਿ ਜੇ ਸਿੱਖਾਂ ਨੂੰ ਬੁੱਧੀਆਂ ਨੂੰ ਜੈਨੀਆਂ ਨੂੰ ਇਸ ਕਾਨੂੰਨ ਦੇ ਮੁਤਾਬਕ ਜਿਹੜੇ ਪ੍ਰਤਾਰਣਤ ਨਹੀਂ ਬੇਸ਼ੱਕ ਤੁਸੀਂ ਤਿੰਨ ਮੁਲਕਾਂ ਤੱਕ ਸੀਮਿਤ ਕੀਤਾ ਗਿਆ ਜੇਕਰ ਉਹਨਾਂ ਨੂੰ ਨਾਗਰਿਕਤਾ ਮਿਲਦੀ ਹੈ ਕਹਿੰਦੇ ਕੀ ਤੋਂ ਤੁਸੀਂ ਇਸ ਦਾ ਵਿਰੋਧ ਕਰਦੇ ਹੋ ਤੁਸੀਂ ਹੱਕ 'ਚ ਨਹੀਂ ਨਹੀਂ ਅਸੀਂ ਹੱਕ 'ਚ ਆ ਅਸੀਂ ਕਹਿੰਦੇ ਹਾਂ ਕਿ ਸਭ ਨੂੰ ਨਾਗਰਿਕਤਾ ਮਿਲੇ ਅਸੀਂ ਕਿਦੋਂ ਕਿਹਾ ਕਿ ਸਿੱਖਾਂ ਨੂੰ ਕਿਉਂ ਦੇ ਰਹੇ ਨਾਗਰਿਕਤਾ ਅਸੀਂ ਕਦੋਂ ਕਿਹਾ ਬੁੱਧੀਆਂ ਜਾਨੀਆਂ ਨੂੰ ਕਿਉਂ ਦੇ ਕਿਉਂ ਨਹੀਂ ਦੇ ਰਹੇ ਤੁਸੀਂ ਜਾਂ ਕਿਉਂ ਦੇ ਰਹੇ ਅਸੀਂ ਸਿਰਫ ਇਹ ਗੱਲ ਕਹੀ ਹੈ ਕਿ ਭਈ ਇਹ ਦੇਸ਼ ਦੇ ਫਲਵਾੜੀ ਆ ਇਸ ਫੁਲਵਾੜੀ 'ਚ ਤੁਸੀਂ ਇਹ ਗੱਲ ਕਹੋ ਕਿ ਅਸੀਂ ਆ ਜਿਹੜਾ ਗੁਲਾਬ ਦਾ ਫੁੱਲ ਹੈ ਨਾ ਆ ਨਹੀਂ ਉਹ ਲੱਗਣਦੇ ਨਾ ਆ ਤਿੰਨੇ ਫੁੱਲੇ ਤੇ ਰਹਿਣਗੇ ਕਿਉਂ ਭਾਈ ਕਿ ਕਿ ਉਹਨਾਂ ਮੁਲਕਾਂ ਦੇ ਵਿੱਚ ਮੁਸਲਮ ਬਹੁ ਗਿਣਤੀ 'ਚ ਨੇ ਜਿਹੜੇ ਘੱਟ ਗਿਣਤੀ ਨੇ ਉਹ ਪ੍ਰਤਾੜਿਤ ਨਹੀਂ ਉੱਥੇ ਮੁਸਲਮ ਕਿਉਂਕਿ ਉਹਨਾਂ ਮੁਲਕਾਂ 'ਚ ਬਹੁ ਗਿਣਤੀ ਨੇ ਇਸ ਲਈ ਉਹ ਪ੍ਰਤਾੜਿਤ ਨਹੀਂ ਨੇ ਉਹਨਾਂ ਮੁਲਕਾਂ 'ਚ ਨਹੀਂ 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 ਉਹ ਬਕਵਾਸ ਕਰਦੇ ਉੱਥੇ ਸੀਐਸ ਨਹੀਂ ਨੇ ਉੱਥੇ ਆਮਦੀਆਂ ਨਹੀਂ ਐ ਔਰ ਉਹਨਾਂ ਦੇ ਉੱਪਰ ਕਿੰਨੇ ਵੱਡੇ ਜ਼ੁਲਮ ਹੋ ਰਿਹਾ ਕੀ ਆ ਕਾਦੀਆਂ ਵਾਲੇ ਜਿਹੜੇ ਹੈਗੇ ਆ ਸਾਡੇ ਮੁਸਲਮਾਨ ਭਰਾ ਅਸੀਂ ਉਹਨਾਂ ਨੂੰ ਬਾਹਰ ਕੱਢ ਦਈਏ ਇਹ ਕੀ ਚਾਉਂਦੇ ਐ ਕਿ ਕੀ ਉਹ ਇਹ ਇਹ ਗੱਲ ਚਾਉਂਦੇ ਐ ਕਿ ਜਿਹੜੇ ਲੋਕ ਅੱਜ ਮਲੇਰ ਕੋਟਲਾ ਦੇ ਵਿੱਚ ਐ ਅਸੀਂ ਬਾਹਰ ਕੱਢ ਦਈਏ ਉਹਨਾਂ ਨੂੰ ਲੇਕਿਨ ਮੈਂ ਇਹ ਗੱਲ ਕਹਿ ਰਿਹਾ ਹਾਂ ਹੁਣ ਸੁਖਬੀਰ ਬਾਦਲ ਨੂੰ ਇਸ ਗੱਲ ਦੀ ਸਮਝ ਲੱਗ ਗਈ ਹੋਣੀ ਐ ਉਹ ਵਿਚਾਰਾ ਇਸ ਲਈ ਤੇ ਉਹਨੇ ਕਹਿ ਬੈਠਾ ਕਿਤੇ ਤੇ ਹੁਣ ਉਹ ਵਿਚਾਰਾ ਸਜ਼ਾ ਭੁਗਤ ਰਿਹਾ ਈ ਤੇ ਹੁਣ ਉਹ ਬੀਜੇਪੀ ਨੇ ਉਹਨੂੰ ਜਵਾਬਾ ਦਿੱਤਾ ਹੁਣ ਬਾਹਰ ਨਿਕਲ ਕੇ ਵਿਚਾਰਾ ਉਹ ਬੰਗਲੇ ਝਾਕਦਾ ਫਿਰਦਾ ਪਤਾ ਨਹੀਂ ਕੁਝ ਕੋਈ ਬੋਲੀ ਜਾਂਦਾ ਲੇਕਿਨ ਉਹ ਉਦਾਸ ਹੋ ਕੇ ਬੋਲਿਆ ਦਾ ਕਸੂਰ ਕੋਈ ਨਹੀਂ ਫਿਰ ਤੁਹਾਨੂੰ ਲੱਗਦਾ ਕਿ ਜੇ ਮੰਨ ਲਓ ਜਿਸ ਤਰੀਕੇ ਨਾਲ ਤੁਸੀਂ ਕਹਿੰਦੇ ਹੋ ਕਿ ਅਕਾਲੀ ਦਲ ਵੱਡੇ ਸੰਕਟ 'ਚ ਘਿਰਿਆ ਹੋਇਆ ਏ ਜੇ ਪੰਜਾਬ ਦੇ ਵਿੱਚ ਅਕਾਲੀ ਬੀਜੇਪੀ ਗੱਟ ਜੋੜ ਟੁੱਟਦਾ ਏ ਤਾਂ ਕਾਂਗਰਸ ਲਈ ਇਹ ਚੀਜ਼ ਫਾਇਦੇਮੰਦ ਰਹੇਗੀ ਤੁਹਾਨੂੰ ਲੱਗਦਾ ਹੈ ਕਿ ਇੱਕ ਜਦੋਂ ਅਸੀਂ ਰੀਜਨਲ ਪੋਲਿਟਿਕਸ ਦੀ ਗੱਲ ਕਰਦੇ ਹਾਂ ਤਾਂ ਇੱਕ ਪਾਰਟੀ ਦੇ ਲਈ ਇਸ ਤਰੀਕੇ ਦਾ ਵੱਡਾ ਨੁਕਸਾਨ ਹੋਣਾ ਕਿਤਨਾ ਕਿਤੇ ਭਾਵੇਂ ਕਿ ਪੰਜਾਬ ਨੂੰ ਵੀ ਕੋਈ ਖਤਰਾ ਪੈਦਾ ਮੰਝਿਆ ਫਿਰਦਾ ਹੀ ਉਹਨੋਂ ਦੇ ਲੋਕਾਂ ਨੇ ਪਹਿਲੇ ਹੀ ਮੂੰਹ ਨਹੀਂ ਲਾਇਆ ਜਮਾਨਤਾ ਜਾਗਤ ਹੋਈਆਂ ਉਹ ਸੈਕੰਡ ਪਾਰਟੀ ਵੀ ਵਿਚਾਰਾ ਆਪੋਜੀਸ਼ਨ ਪਾਰਟੀ ਵੀ ਬਣ ਪਈ ਔਰ ਵਿਰੋਧੀ ਧਿਰ ਦਾ ਨੇਤਾ ਵੀ ਨਹੀਂ ਸੁਖਬੀਰ ਬਣ ਪਾਇਆ ਔਰ ਜਿਹੜਾ ਪਹਿਲੇ ਹੀ ਮਾਂਝਿਆ ਹੋਵੇ ਉਹ ਵਿਚਾਰਾ ਕਿਹੜੀ ਸਰਦਾਰੀ ਕਰਨ ਨੂੰ ਫਿਰਦਾ ਉਹਨੂੰ ਮੈਂ ਸੁਖਬੀਰ ਬਾਦਲ ਨੂੰ ਇਸੇ ਲਈ ਬੇਨਤੀ ਕਰਨਾ ਚਾਹਨਾ ਕਿ ਭਾਈ ਛੱਡ ਬੜੇ ਖੜਾ ਉਹਨੇ ਕੋਸ਼ਿਸ਼ ਵਿਚਾਰੇ ਨੇ ਕੀਤੀ ਸੀ ਹਰਸਿਮਰ ਘਰ ਬਾਦਲ ਨੂੰ ਨਾਮ ਲੈ ਕੇ ਉਹਨੇ ਹਰਿਆਣੇ 'ਚ ਕੋਸ਼ਿਸ਼ ਕੀਤੀ ਮੈਂ ਕਿ ਕੋਈ ਡੇਰਾ ਡੂਰਾ ਲਬਲਾ ਉੱਥੇ ਕੋਈ ਦੇਖ ਲਾ ਤੂੰ ਭਾਈ ਮੰਤ ਮੰਤ ਬਣ ਜਾ ਲੇਕਿਨ ਉੱਥੇ ਨਹੀਂ ਟਿਕ ਪਾਇਆ ਉਹਨਾਂ ਨੇ ਉਹਨੂੰ ਕੱਢ ਫਿਰ ਹੁਣ ਦਿੱਲੀ ਚ ਭਾਲਦਾ ਫਿਰਦਾ ਪਤਾ ਨਹੀਂ ਮੈਨੂੰ ਉਹਦਾ ਕੋਈ ਗੁਜ਼ਾਰਾ ਹੋਏਗਾ ਤੁਸੀਂ ਪੰਜਾਬ ਚ ਗੜਜੋੜ ਦਾ ਭਵਿੱਖ ਕੀ ਵੇਖ ਰਹੇ ਹੋ ਇਸ ਟੈਂ ਮੈਂ ਸਮਝ ਨਹੀਂ ਕਿਹੇ ਦਾ ਕੋਈ ਭਵਿੱਖ ਨਹੀਂ ਆ ਜੀ ਇੱਥੇ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਹੈ ਉਹ ਸਰਦਾਰੀ ਹੈ ਔਰ ਲੋਕ ਕੈਪਟਨ ਅਮਰਿੰਦਰ ਸਿੰਘ ਤੇ ਵਿਸ਼ਵਾਸ ਕਰਦੇ ਆ ਲੋਕ ਮਹਿਸੂਸ ਕਰਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਪਾਣੀਆਂ ਦਾ ਰਾਖਾ ਹੈ ਪੰਜਾਬੀਆਂ ਦਾ ਰਾਖਾ ਹੈ ਔਰ ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਦੇ ਵਿੱਚ ਲੋਕ ਆਪਣੇ ਭਵਿੱਖ ਨੂੰ 2022 ਚ ਵੀ ਵੇਖਦੇ ਆ ਭਗਵਤ ਤਨਵਰ ਵੀਰਕਰ ਸਾਹਿਬ ਸੋਇਨ ਰਾਜਕੁਮਾਰ ਵੀਰਕਰ ਜਿੰਦਾ ਕਹਣਾ ਹੈ ਕਿ ਅਕਾਲੀ ਦਲ ਨੇ ਖੁਦ ਆਪਣੇ ਪੈਰਾਂ ਦੇ ਉੱਤੇ ਕਹਾੜੀ ਮਾਰੀ ਹੈ ਇੱਕ ਪਾਸੇ ਪਾਰਲੀਮੈਂਟ ਦੇ ਵਿੱਚ ਜਾ ਕੇ ਉਹ ਇਸ ਕਾਨੂੰਨ ਦਾ ਸਮਰਥਨ ਕਰ ਦਿੰਦੇ ਨੇ ਤੇ ਪੰਜਾਬ ਦੇ ਵਿੱਚ ਆ ਕੇ ਦੋਗਲੀਆਂ ਗੱਲਾਂ ਕਰ ਦਿੰਦੇ ਨੇ ਪਰ ਜਿਸ ਤਰੀਕੇ ਨਾਲ ਬੀਜੇਪੀ ਇਹ ਪੂਰੀ ਗੇਮ ਨੂੰ ਕੁਮਾਰੀ ਹੈ ਤਾਂ ਅਕਾਲੀ ਦਲ ਦੇ ਲਈ ਇਸ ਸੰਕਟ ਜਿਹੜਾ ਹੈ ਉਹਦੇ ਦਿਨਾਂ ਦੇ ਵਿੱਚ ਹੋਰ ਵੀ ਵਧਣ ਵਾਲਾ ਹੈ ਮੁਰਤੇ ਇੱਕ ਛੋਟੇ ਬ੍ਰੇਕ ਲਈ ਰੁਕਾਂਗੇ ਪੰਜਾਬ ਬੋਲਦਾ ਲਗਾਤਾਰ ਜਾਰੀ ਰਹੇਗਾ ਉੱਧਰ ਪਾਜੀ ਨਹੀਂ ਦੇਖੋ ਮਰੇ ਸਾਰੇ ਅਗ੍ਰਿਕਤਾ ਸੂਧ ਕਾਨੂੰਨ ਨੂੰ ਲੈ ਕੇ ਜਿਸ ਨੂੰ ਲੈ ਕੇ ਅਕਾਲੀ ਦਲ ਤੇ ਭਾਜਪਾ ਦਿੱਲੀ ਦੇ ਵਿੱਚ ਉਹਨਾਂ ਦੇ ਵਿੱਚ ਸਾਫਤੌਰ ਦੇ ਉੱਤੇ ਫੁੱਟ ਨਜ਼ਰ ਆ ਰਹੀ ਹੈ ਅਕਾਲੀ ਦਲ ਕਹਿ ਰਿਹਾ ਹੈ ਕਿ ਇਸ ਵਾਰ ਅਸੀਂ ਚੋਣਾ ਦਿੱਲੀ ਦੇ ਵਿੱਚ ਨਹੀਂ ਲੜ ਰਹੇ ਇਸੇ ਵਿਚਾਲੇ ਅਕਾਲੀ ਦਲ ਆਪਣੇ ਸਟੈਂਡ ਨੂੰ ਲੈ ਕੇ ਵੀ ਵਾਰ-ਵਾਰ ਜ਼ਿਕਰ ਕਰ ਰਿਹਾ ਹੈ ਕਿ ਇਸ ਕਾਨੂੰਨ ਦੇ ਉੱਤੇ ਉਹਨਾਂ ਦਾ ਸਟੈਂਡ ਸਪੱਸ਼ਟ ਹੈ ਕਿ ਉਹ ਚਾਹੁੰਦੇ ਨੇ ਕਿ ਮੁਸਲਿਮ ਭਾਈਚਾਰੇ ਨੂੰ ਵੀ ਇਸ ਦੇ ਵਿੱਚ ਸ਼ਾਮਲ ਕੀਤਾ ਜਾਵੇ ਪਰ ਵਿਰੋਧੀ ਲਗਾਤਾਰ ਸਵਾਲ ਚੁੱਕ ਰਹੇ ਨੇ ਤੇ ਕਹਿ ਰਹੇ ਨੇ ਕਿ ਦਿੱਲੀ ਦੇ ਵਿੱਚ ਜੋ ਅਕਾਲੀ ਦਲ ਨੇ ਸਟੈਂਡ ਲਿਆ ਹੈ ਉਹ ਮਹਿਜ਼ ਕੇਂਦਰੀ ਮੰਤਰੀ ਹਰਸ਼ਿੰਦਰਪ੍ਰਤਾ ਕੋਰ ਬਾਦਲ ਦੀ ਕੁਰਸੀ ਬਚਾਉਣ ਦੀ ਇੱਕ ਕੋਵਾਇਦ ਹੈ ਸਾਡਾ ਆਮ ਆਦਮੀ ਪਾਰਟੀ ਦੇ ਬੁਲਾਰੇ ਗੋਵਿੰਦਰ ਮਿੱਤਲ ਜੀ ਮੌਜੂਦ ਨਹੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਮਿੱਤਲ ਸਾਹਿਬ ਦਿੱਲੀ ਦੇ ਵਿੱਚ ਜੋ ਕੁਝ ਹੋਇਆ ਅਕਾਲੀ ਦਲ ਤੇ ਭਾਜਪਾ ਦੇ ਵਿੱਚ ਆਮ ਆਦਮੀ ਪਾਰਟੀ ਉਹਨੂੰ ਕਿਸ ਤਰੀਕੇ ਵੇਖਦੀ ਹੈ ਤੇ ਅਕਾਲੀ ਦਲ ਜੋ ਵਾਰ-ਵਾਰ ਕਹਿ ਰਿਹਾ ਕਿ ਸਾਡਾ ਸਟੈਂਡ ਸਪੱਸ਼ਟ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਮੁਸਲਿਮ ਭਾਈਚਾਰੇ ਦੇ ਵਿੱਚ ਸ਼ਾਮਲ ਕੀਤਾ ਜਾਵੇ ਦੇਖੋ ਗੱਲ ਇਹ ਹੈ ਇਹਦੇ ਵਿੱਚ ਜਿਹੜਾ ਅਕਾਲੀ ਦਲ ਦਾ ਸਟੈਂਡ ਆ ਉਹ ਸਭ ਨੂੰ ਪਤਾ ਅਕਾਲੀ ਦਲ ਦਾ ਜਿਹੜਾ ਚਿਹਰਾ ਉਹ ਨੰਗਾ ਹੋ ਚੁੱਕਿਆ ਕਿਉਂਕਿ ਅਕਾਲੀ ਦਲ ਦਾ ਜਿਹੜਾ ਸਟੈਂਡ ਸੀ ਤੁਸੀਂ ਦੇਖੋ ਜਦੋਂ ਪਾਰਲੀਮੈਂਟ ਪਹਿਲੀ ਗੱਲ ਤਾਂ ਬੀਬੀ ਹਰਸਿਮਰਤ ਕੌਰ ਕੈਬਨਿਟ ਦੇ ਵਿੱਚ ਵਜ਼ੀਰ ਨੇ ਜਦੋਂ ਉੱਥੇ ਬਿਲ ਟੇਬਲ ਹੋਇਆ ਕੈਬਨਿਟ ਦੇ ਵਿੱਚ ਡਿਸਕਸ ਹੋਇਆ ਉੱਥੇ ਬੀਬੀ ਹਰਸਿਮਰਤ ਕੌਰ ਨੇ ਕੋਈ ਵੀ ਡਿਸੈਂਡਿੰਗ ਨੋਟ ਇਹਦੇ ਤੇ ਦਿੱਤਾ ਹੈ ਨਹੀਂ ਹੁਣ ਜਦੋਂ ਪਾਰਲੀਮੈਂਟ ਦੇ ਵਿੱਚ voting ਹੋਈ ਤਾਂ ਉੱਥੇ 1 ਨਹੀਂ 2 ਨਹੀਂ 3 ਨਹੀਂ 5 ਵੋਟਾਂ 5 ਵੋਟਾਂ ਸ਼ਰਮਣੀ ਅਕਾਲੀ ਦਲ ਨੇ ਇਸ ਬਿਲ ਦੇ ਹੱਕ ਦੇ ਵਿੱਚ ਪਾਈਆਂ 3 ਰਾਜ ਸਭਾ ਦੇ ਵਿੱਚ 2 ਲੋਕ ਸਭਾ ਦੇ ਵਿੱਚ ਮੈਂ ਉਦੋਂ ਮੰਨਦਾ ਆਮ ਆਦਮੀ ਪਾਰਟੀ ਉਦੋਂ ਕਹਿੰਦੀ ਕਿ ਇਹਨਾਂ ਦਾ ਸਟੈਂਡ ਬਿਲਕੁ ਅਕਦੇ ਵਿੱਚ ਭੁਗਤ ਕੇ ਬਾਹਰ ਆ ਕੇ ਤੁਸੀਂ ਡਰਾਮਾ ਕਰ ਰਹੇ ਹੋ ਬਾਹਰ ਆ ਕੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਇਸ ਕਾਨੂੰਨ ਦੇ ਵਿਰੋਧ ਵਿੱਚ ਤੁਹਾਡਾ ਇਹ ਸਟੈਂਡ ਨਹੀਂ ਹੈ ਤੁਹਾਡਾ ਇਹ ਸੁਝਾ ਕਿ ਮੁਸਲਮਾਨਾਂ ਨੂੰ ਸ਼ਾਮਲ ਕੀਤਾ ਜਾਵੇ ਪਰ ਮੁਸਲਮਾਨਾਂ ਨੂੰ ਸਾਰੇ ਸਾਰੇ ਲੋਕ ਇਹ ਕਹਿ ਰਹੇ ਜਿਹੜੇ ਸੈਕੂਲਰ ਆ ਉਹ ਕਹਿ ਰਹੇ ਕਿ ਮੁਸਲਮਾਨਾਂ ਨੂੰ ਸ਼ਾਮਲ ਕਰਨਾ ਚਾਹੀਦਾ ਜਦੋਂ ਕੈਪਟਨ ਅਮਰਿੰਦਰ ਸਾਹਿਬ ਵਿਧਾਨ ਸਭਾ ਦੇ ਵਿੱਚ ਇਸ ਕਾਨੂੰਨ ਦੇ ਖਿਲਾਫ ਇੱਕ ਮਤਾ ਲੈ ਕੇ ਆਏ ਤਾਂ ਤੁਸੀਂ ਉਦੋਂ ਬਾਈਕਟ ਕਰਕੇ ਤੁਸੀਂ ਉਦੋਂ ਇਸ ਮਤੇ ਦੇ ਵਿਰੋਧ ਦੇ ਵਿੱਚ ਮੁਕਤੇ ਸੜਕਾਂ ਤੇ ਆ ਕੇ ਤੁਸੀਂ ਇੱਕ ਆਪਣੇ ਆਪ ਨੂੰ ਇਹ ਕਹਿ ਰਹੇ ਹੋ ਕਿ ਅਸੀਂ ਸੈਕੂਲਰ ਆ ਅਸੀਂ ਮੁਸਲਮਾਨਾਂ ਦੇ ਹੱਕ ਦੇ ਵਿੱਚ ਆ ਇਸ ਕਰਕੇ ਤੁਹਾਡੇ ਮਲੇਰਕੋਟਲਾ ਦੇ ਵਿੱਚ ਜਿਹੜੇ ਅਕਾਲੀ ਦਲ ਦੇ ਹਲਕਾ ਇੰਚਾਰਜ ਨੇ ਮੁਹੰਮਦ ਅਵੈਸ ਉਹਨਾਂ ਨੇ ਇਸ ਤੇ ਸਖਤ ਟਿੱਪਣੀ ਕੀਤੀ ਆ ਉਹਨਾਂ ਨੇ ਇਤਰਾਜ਼ ਕੀਤਾ ਕਿਉਂਕਿ ਸਾਰਾ ਮੁਸ ਉਹਨਾਂ ਨੂੰ ਆਪਣੇ ਹੱਕ ਦੇ ਵਿੱਚ ਕਰਨ ਦੇ ਲਈ ਇੱਕ ਡਰਾਮਾ ਕਰ ਰਹੇ ਹੋ ਤੁਹਾਡਾ ਡਰਾਮਾ ਸੁਖਵੀਰ ਬਾਦਲ ਜੀ ਤੁਹਾਡਾ ਚਿਹਰਾ ਨੰਗਾ ਹੋ ਚੁੱਕਿਆ ਤੁਸੀਂ ਮੁਸਲਮ ਵਿਰੋਧੀ ਹੋ ਤੁਸੀਂ ਸੈਕੂਲਰ ਨਹੀਂ ਹੋ ਤੁਸੀਂ ਇੱਕ ਫਿਰਕਾ ਪ੍ਰਸਤ ਪਾਰਟੀ ਦੇ ਚਕਾਲੀ ਦਲ ਦਾ ਇੱਕ ਤਰਕ ਹੈ ਉਹ ਕਾਲੀ ਦਲ ਇਹ ਕਹਿ ਰਿਹਾ ਹੈ ਕਿ ਜੇਕਰ ਅਸੀਂ ਪੂਰੀ ਤਰ੍ਹਾਂ ਦੇ ਨਾਲ ਵਿਰੋਧ ਕਰਦੇ ਹਾਂ ਤਾਂ ਜਿਹੜੇ ਬਾਕੀ ਭਾਈਚਾਰੇ ਨੇ ਜਿਨ੍ਹਾਂ ਦੇ ਵਿੱਚ ਸਿੱਖ ਭਾਈਚਾਰਾ ਵੀ ਸ਼ਾਮਲ ਹੈ ਜੋ ਇਹਨਾਂ ਮੁਲਕਾਂ ਤੋਂ ਹਿੰਦੂਸਤਾਨ ਦੇ ਵਿੱਚ ਆ ਕੇ ਇਹਨਾਂ ਨੂੰ ਨਾਗਰਿਕਤਾ ਮਿਲਣੀ ਸੀ ਜੋ ਲੰਬੇ ਸਮੇਂ ਤੋਂ ਡਿਕ ਕਰ ਰਹੀ ਸੀ ਤਾਂ ਉਹਨਾਂ ਦਾ ਵੀ ਹੱਕ ਮਾਰਿਆ ਜਾਣਾ ਚਾਹੀਦਾ ਸੀ ਕਿਉਂਕਿ ਉਹ ਪਾਰਟੀ ਦੇ ਅੰਦਰ ਨਹੀਂ ਅਕਾਲੀ ਦਲ ਭਾਜੀਪੀ ਦੇ ਭ ਤਾਂ ਜਿੰਨੀ ਕੁ ਉਹਨਾਂ ਦੀ ਸਮਰੱਥਾ ਸੀ ਉਸ ਹਿਸਾਬ ਦੇ ਨਾਲ ਉਹਨਾਂ ਨੇ ਆਪਣੀ ਗੱਲ ਰੱਖੀ ਹੈ ਮੰਨਣਾ ਨਾ ਮੰਨਣਾ ਭਾਜਪੀ ਦੇ ਹੱਥ ਵਿੱਚ ਹੈ ਨਹੀਂ ਨਹੀਂ ਇਹ ਗੱਲ ਉਦੋਂ ਕਲੀਅਰ ਹੁੰਦੀ ਜਦੋਂ ਮੈਂ ਫਿਰ ਉੱਥੇ ਆ ਜਾਣਾ ਦੇਖੋ ਜਿਹੜਾ ਕਾਨੂੰਨ ਆਇਆ ਇਹ ਕਾਨੂੰਨ ਪਹਿਲੀ ਗੱਲ ਤਾਂ ਇਹ ਹੈ ਕਿ ਸੰਵਿਧਾਨ ਦੀ ਜਿਹੜੀ ਪ੍ਰਸਤਾਵਨਾ ਸੰਵਿਧਾਨ ਦੀ ਪ੍ਰੀਮਬਲ ਹੈ ਸੰਵਿਧਾਨ ਦੀ ਜਿਹੜੀ ਆਤਮਾ ਉਹਦੇ ਖਿਲਾਫ ਹੈ ਕਿਉਂਕਿ ਹਿੰਦੁਸਤਾਨ ਦਾ ਸੰਵਿਧਾਨ ਇਹ ਕਲੀਅਰ ਹੈ ਰਾਈਟ ਟੂ ਇਕੁਐਲਟੀ ਹੈ ਸਾਰੇ ਸੰਵਿਧਾਨ ਦੇ ਜਿਹੜੇ ਆਰਟੀਕਲ ਨੇ ਉਹ ਇਹ ਗੱਲ ਕਹਿ ਰਹੇ ਨੇ ਕਿ ਕੋਈ ਵੀ ਹਿੰਦੁਸਤਾਨ ਦੇ ਵਿੱਚ ਅਜਿਹਾ ਕਾਨੂੰਨ ਜਿਹੜਾ ਧਰਮ ਜਾਤ ਦੇ ਆਧਾਰ 4 ਹਫ਼ਤਿਆਂ ਦਾ ਟਾਈਮ ਕੇਂਦਰ ਸਰਕਾਰ ਨੂੰ ਦਿੱਤਾ ਕਿ ਸਾਰਾ ਤੁਸੀਂ ਰਿਕਾਰਡ ਜਿਹੜਾ ਹੈਗਾ ਉਹ ਪੇਸ਼ ਕਰੋ ਮੇਰੇ ਖਿਆਲ ਤੋਂ ਸੁਪਰੀਮ ਕੋਰਟ ਦੇ ਵਿੱਚ ਵੀ ਇਹ ਕਾਨੂੰਨ ਸਟ੍ਰੱਕ ਡਾਊਨ ਹੋਣਾ ਚਾਹੀਦਾ ਕਿਉਂਕਿ ਇਹ ਸੰਵਿਧਾਨ ਦੇ ਉਲਟਾ ਜਦੋਂ ਸੰਵਿਧਾਨ ਦੇ ਉਲਟ ਇੱਕ ਕਾਨੂੰਨ ਕੈਬਨਿਟ ਦੇ ਵਿੱਚ ਡਿਸਕਸ ਹੋ ਰਿਹਾ ਔਰ ਉੱਥੇ ਅਕਾਲੀ ਦਲ ਦੇ ਇੱਕੋ ਇੱਕ ਵਜ਼ੀਰ ਬੀਬੀ ਹਰਸਿਮਰਤ ਕੌਰ ਨੇ ਔਰ ਇਸ ਉਸ ਕਾਨੂੰਨ ਦੇ ਖਿਲਾਫ ਉਹ ਆਪਣੀ ਕੋਈ ਟਿੱਪਣੀ ਨਹੀਂ ਦਿੰਦੇ ਆਪਣੇ ਵਿਚਾਰ ਨਹੀਂ ਦਿੰਦੇ ਤਾਂ ਇੱਥੋਂ ਤਾਂ ਇਹ ਮੰਨਿਆ ਜਾਊਗਾ ਕਿ ਅਕਾਲੀ ਦਲ ਇਸ ਕਰੋ ਦੇ ਹੱਥ ਦੇਖੋ ਅਕਾਲੀ ਦਾ ਨਾ ਪੰਜਾਬ ਦੇ ਵਿੱਚ ਤੁਸੀਂ ਕਿਹੜੀ ਮੈਨੂੰ ਤਾਂ ਸਮਝ ਨਹੀਂ ਲੱਗੀ ਤੁਹਾਡਾ ਸਵਾਲ ਤੁਸੀਂ ਕਿਉਂ ਪੁੱ 2014 ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਨਰਿੰਦਰ ਮੋਦੀ ਦੀ ਵੇਵ ਸੀ ਕਿ ਕਹਿੰਦੇ ਸੀ ਨਰਿੰਦਰ ਮੋਦੀ ਆ ਰਹੇ ਨੇ ਪਰ ਪੰਜਾਬ ਦੇ ਵਿੱਚ ਬੀਜੇਪੀ ਦੀ ਲਹਿਰ ਇਹ ਨਹੀਂ ਪੰਜਾਬ ਦੇ ਲੋਕਾਂ ਨੇ ਤਾਂ ਚਾਰ ਸੀਟਾਂ ਉਹ ਤੋਂ ਵੀ ਆਮ ਆਦਮੀ ਪਾਰਟੀ ਨੂੰ ਦਿੱਤੀਆਂ ਜਿਹੜੀ ਪੰਜਾਬ ਦੀ ਧਰਤੀ ਹੈ ਪੰਜਾਬ ਦੀ ਧਰਤੀ ਹਮੇਸ਼ਾ ਬਾਗਿਆਂ ਦੀ ਧਰਤੀ ਮੰਨੀ ਜਾਂਦੀ ਹੈ ਰੈਬੈਲਿਅਨ ਲੋਕਾਂ ਦੀ ਧਰਤੀ ਮੰਨੀ ਜਾਂਦੀ ਹੈ ਕ੍ਰਾਂਤੀਕਾਰੀ ਲੋਕਾਂ ਦੀ ਧਰਤੀ ਮੰਨੀ ਜਾਂਦੀ ਹੈ ਇਹ ਕਿਸੇ ਵੀ ਤਾਨਾਸ਼ਾਹ ਨੂੰ ਮੂੰਹ ਨਹੀਂ ਲਾਉਂਦੇ ਅਕਾਲੀ ਦਲ ਤਾਂ ਖਤਮ ਹੋ ਗਿਆ ਅਕਾਲੀ ਦਲ ਦੇ ਵਿੱਚ ਤੁਸੀਂ ਦੱਸੋ ਕੌਣ ਸਖਵੀਰ ਬਦਲ ਦੀ ਲਿਮਟਿਡ ਕੰਪਨੀ ਚੱਲ ਰਹੀ ਹੈ ਕੌਣ ਹੈ ਅਕਾਲੀ ਦਲ ਦੇ ਵਿੱਚ ਬ੍ਰਹਮਪੁਰਾ ਸਾਹਿਬ ਸੇਖਮਾ ਸਾਹਿਬ ਢੀਂਡਾ ਸਾਹਿਬ ਸਾਰੇ ਜਿਹੜੇ ਹੈਗੇ ਨੇ ਉਹ ਛੱਡ ਕੇ ਜਾ ਚੁੱਕੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਹੋਣਾ ਤੇ ਮੇਰੇ ਖਿਆਲ ਦੇ ਵਿੱਚ ਅਕਾਲੀ ਦਲ ਖਤਮ ਹੈ ਪਰ ਆਉਣ ਵਾਲੀ ਜਿਹੜੀ ਚੋਣ ਆ 2022 ਦੀ ਉਹ ਜਿਹੜੀ ਹੈਗੀ ਕਾਂ ਤੇ ਆਮ ਆਦਮੀ ਪਾਰਟੀ ਦੇ ਵਿਚਾਰ ਹੋਏਗੇ ਬਹੁਤ ਬਹੁਤ ਧੰਨਵਾਦ ਮੈਂ ਤਿਲਸਾ ਸਾਡੇ ਨਾਲ ਗੱਲਬਾਤ ਕਰਨੀ ਸੋਚਿਆ ਗੋਵਿੰਦਰ ਮਿੱਤਲ ਜਿਨ੍ਹਾਂ ਦਾ ਇਹ ਸਾਫ ਕਰਾਈ ਕਿ ਜਿਸ ਤਰੀਕੇ ਦੀ ਕਾਨੂੰਨ ਕੇਂਦਰ ਦੀ ਸਰਕਾਰ ਲੈ ਕੇ ਆ ਰਹੀ ਹੈ ਇੱਕ ਤਰ੍ਹਾਂ ਦੇ ਨਾਲ ਇਹ ਕਾਨੂੰਨ ਜਿਹੜੇ ਨੇ ਜੋ ਮੁੱਖ ਮੁੱਦੇ ਨੇ ਲੋਕਾਂ ਦੇ ਰੋਜ਼ਗਾਰ ਦੇ ਮਸਲੇ ਨੇ ਜੀਡੀਪੀ ਦਾ ਮਸਲਾ ਹੈ ਇਹਨਾਂ ਮਸਲਿਆਂ ਤੋਂ ਧਿਆਨ ਪਟਕਾਉਣ ਦੀ ਕੋਸ਼ਿਸ਼ ਹੈ ਪਰ ਕਿਉਂਕਿ ਹੁਣ ਬੀਜੇਪੀ ਇਹ ਕਾਨੂੰਨ ਲਿਆ ਚੁੱਕੀ ਹੈ ਤੇ ਫਿਲਹਾਲ ਉਹ ਸੁਪਰੀਮ ਕੋਰਟ ਦੇ ਵਿੱਚ ਹੈ ਤੇ ਉਮੀਦ ਕਰਦੇ ਨੇ ਕਿ ਸੁਪਰੀਮ ਕੋਰਟ ਪੂਰੇ ਤਰੀਕੇ ਨਾਲ ਇਸ ਪੂਰੇ ਕਾਨੂੰਨ ਦੀ ਪਰਚੋਲ ਕਰੇਗਾ ਤੇ ਜਿਹਾ ਕੋਈ ਵੀ ਕਾਨੂੰਨ ਜਿਹੜਾ ਇਹ ਪਾਸ ਨਹੀਂ ਤੇ ਫਿਲਹਾਲ ਆਜੇ ਪੰਜਾਬ ਬੋਲਦਾ ਚੇਨਈ ਧੰਨਵਾਦ